प्रधानमंत्री आके सड़कां दे कोरीडोर दा उद्घाटन करनगे। उहदे पंजाब दे विच 12 जिलियां च 25,000 एकड़ जमीन किसानां दी रिक्वायर हो रही आ। उह 20 फुट उच्ची सड़क होणी आ, उह अबानियां डानियां वाली बन जा रही आ, जिहनूं विकास दा नां दित्ता जा रिहा। ते उह जिवें पंजाबियां च इह भरम पराया जा वी बहुत वड्डे ऐलान होणे ने। देखो इहने बिहार नूं जिहड़ा पैकेज दित्ता, अजे तक बिहार नूं नहीं मिलिया हैगा। ਤਾਂ ਇਹ ਵੀ ਮੇਰਾ ਵਿਰੋਧ ਨਾ ਹੋਵੇ ਅਤੇ ਇਸ ਕਰਕੇ ਇਹ ਜਿਹੜੀਆਂ ਵਾ ਮੀਡੀਆ ਦੇ ਵਿੱਚ ਗੱਲਾਂ ਆ ਰਹੀਆਂ ਹੈਗੀਆਂ। ਕੋਈ ਵੀ ਐਲਾਨ ਕਿਸਾਨਾਂ ਮਜ਼ਦੂਰਾਂ ਲਈ ਕਰਨਾ ਦਿੱਲੀ ਤੋਂ ਵੀ ਹੋ ਸਕਦਾ ਵਾ, ਪਹਿਲਾਂ ਵੀ ਤਾਂ ਕੀਤੇ ਹੈਗੇ ਆ। ਦੂਸਰਾ ਹੈਗਾ ਵੀ ਪ੍ਰਧਾਨ ਮੰਤਰੀ ਜੀ 7 ਹੈਲੀਪੈਡ ਬਣਾ ਰਹੇ ਨੇ, ਇਹ ਕਿਸਾਨ ਮਜ਼ਦੂਰਾਂ ਦੀ ਜਿੱਤ ਨਹੀਂ ਹੈਗੀ। 10,000 ਤੋਂ ਫੋਰਸਾਂ ਉੱਪਰ ਪੰਜਾਬ ਪੁਲਿਸ ਦੀਆਂ ਲੱਗਦੀਆਂ, ਪੈਰਾਮਿਲਟਰੀ ਫੋਰਸਾਂ ਸੈਨਿਕ ਫੋਰਸ ਹੋਰ ਲਾਏ ਜਾ ਰਹੇ ਨੇ। ਇਹ ਟਕਰਾਓ ਦੀ ਨੀਤੀ ਨਾਲੋਂ ਚੰਗਾ ਨਹੀਂ ਸੀ ਹੈਗਾ। ਪ੍ਰਧਾਨ ਮੰਤਰੀ ਜੀ MSP ਗਰੰਟੀ ਕਾਨੂੰਨ ਬਣਾ ਦਿੰਦੇ, ਅਜੇ ਮਿਸ਼ਰਾ ਜੀ ਜਿਹੜੇ ਹੁਣ ਸਾਫ ਸਾਫ ਦੋਸ਼ੀ ਨੇ ਉਹਨਾਂ ਨੂੰ ਮੰਤਰੀ ਮੰਡਲ 'ਚੋਂ ਬਾਹਰ ਕੱਢ ਦਿੰਦੇ, ਔਰ ਇਹਦੋਂ ਗਾਹਾਂ ਦਿੱਲੀ ਸਮੇਤ ਸਾਰੇ ਕੇਸ ਵਾਪਸ ਲੈ ਲੈਂਦੇ, ਪੋਲੂਸ਼ਨ ਵਾਲੇ ਐਕਟ 'ਚੋਂ ਕਿਸਾਨ ਨੂੰ ਬਾਹਰ ਕੱਢਦੇ। ਇਹ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਸੀ ਹੈਗਾ। ਪਰ ਪ੍ਰਧਾਨ ਮੰਤਰੀ ਜੀ ਕਾਰਪੋਰੇਟ ਪੱਖੀ ਨੀਤੀਆਂ 'ਤੇ ਵਿਸ਼ਵਾਸ ਰੱਖਦੇ ਨੇ, ਕਿਸਾਨ ਮਜ਼ਦੂਰ ਦੀ ਆਵਾਜ਼ ਦਾ ਉਹ ਸਨਮਾਨ ਨਹੀਂ ਕਰਦੇ ਹੈਗੇ। ਉਹਨਾਂ ਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਾਂ ਵੱਡੀ ਰੈਲੀ ਕਰ ਜਾਂਗੇ, ਪੰਜਾਬ ਦੇ ਲੋਕ ਅਣਖੀ ਨੇ। ਸਾਡੀ ਬੇਨਤੀ ਵੀ ਆ, ਜਦੋਂ ਵੀ ਪੰਜਾਬ ਦੇ ਲੋਕ ਭਾਜਪਾ ਦੀ ਰੈਲੀ ਵੱਲ ਨੂੰ ਜਾਣ ਤਾਂ ਉਹ ਚੇਤਾ ਰੱਖਣ ਵੀ 750 ਤੋਂ ਵੱਧ ਲਾਸ਼ਾਂ ਜਿਹੜੀਆਂ ਅਸੀਂ ਆਪਣੇ ਮੋਢਿਆਂ 'ਤੇ ਢੋਈਆਂ ਨੇ, 750 ਤੋਂ ਵੱਧ ਸ਼ਹੀਦ ਹੋਏ ਨੇ। ਇਹਨਾਂ ਨੇ ਸਾਨੂੰ ਖਾਲਿਸਤਾਨੀ, ਮਾਓਵਾਦੀ, ਮਵਾਲੀ, ਘਟੀਆ ਤੋਂ ਘਟੀਆ ਸ਼ਬਦ ਸਾਡੇ ਪ੍ਰਤੀ ਵਰਤੇ ਗਏ ਆ, ਅਤੇ ਸਾਡੇ ਸ਼ਹੀਦਾਂ ਪ੍ਰਤੀ ਇੱਕ ਸਹਾਨੁਭੂਤੀ ਦਾ ਸ਼ਬਦ ਤੱਕ ਨਹੀਂ ਕਿਹਾ ਗਿਆ। ਔਰ ਸਾਡੀ ਆਵਾਜ਼ ਤਾਂ ਸੁਣਨ ਦੀ ਗੱਲ ਛੱਡੋ, ਉਹ ਪ੍ਰਸ਼ਾਸਨ ਚਾਹੇ ਪੰਜਾਬ ਹੋਵੇ ਚਾਹੇ ਕੇਂਦਰ ਹੋਵੇ ਦਬਾਉਣ ਦੇ ਯਤਨ ਹੋ ਰਹੇ ਨੇ। ਤਾਂ ਮੈਨੂੰ ਲੱਗਦਾ ਇਹ ਕਾਮਯਾਬੀ ਨਹੀਂ। ਹਰ ਹਾਲ ਦੇ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਦਾ ਡੈਮੋਕਰੈਟਿਕ ਤਰੀਕੇ ਨਾਲ ਅਸੀਂ ਵਿਰੋਧ ਕਰਾਂਗੇ। ਪੰਜਾਬ ਦਾ ਹੁਣ ਉੱਠਣ ਦਾ ਵੇਲਾ ਵਾ, ਔਰ ਪੰਜਾਬ ਉੱਠੂਗਾ, ਔਰ ਪ੍ਰਧਾਨ ਮੰਤਰੀ ਇਸ ਫੇਰੀ ਦਾ ਪੀਸਫੁਲੀ ਤਰੀਕੇ ਨਾਲ ਮੂੰਹ ਤੋੜਵਾਂ ਜਿਹੜਾ ਵਾ ਉਹ ਜਵਾਬ ਦੇਊਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅੱਜ ਤੁਹਾਡੇ ਨਾਲ 2-4 ਪੱਖਾਂ ਤੋਂ ਜ਼ਰੂਰੀ ਵਿਚਾਰ ਚਰਚਾ ਕਰਨੀ ਆ, ਜਿਹੜੀਆਂ ਕਿ ਇੱਕ ਮੌਜੂਦਾ ਸਮੇਂ ਜਦੋਂ ਬਰਸਾਤ ਹੋ ਰਹੀ ਆ, ਕੜਾਕੇ ਦੀ ਠੰਡ ਆ, ਉਹਦੇ ਵਿੱਚ ਕਿਸਾਨ ਮਜ਼ਦੂਰ ਜਿਹੜੇ ਆ ਆਪਣੇ ਮੋਰਚਿਆਂ ਵਿੱਚ ਡਟੇ ਹੋਏ ਆ। ਜਿਹੜਾ ਦਿੱਲੀ 'ਚ ਸਮਝੌਤਾ ਹੋਇਆ ਸੀ ਉਸ ਸਮਝੌਤੇ ਨੂੰ ਅਮਲੀ ਜਾਮਾ ਪਾਉਣ ਲਈ, ਅਤੇ ਇਹਦੋਂ ਗਾਹਾਂ ਜਿਹੜਾ ਵਾ ਜਿਹੜਾ ਲਖੀਮਪੁਰ ਖੀਰੀ ਵਾਲਾ ਮਸਲਾ ਉਹਦੇ ਵਿੱਚ ਨਹੀਂ ਸ਼ਾਮਲ ਹੋ ਸਕਿਆ, ਉਹਦੀਆਂ ਮੰਗਾਂ ਨੂੰ ਚੱਕਣ ਵਾਸਤੇ ਜਿਹੜਾ ਵਾ ਇੱਕ ਪੱਖ ਹੈਗਾ। ਦੂਸਰਾ ਵੀ ਕੁਝ ਇਹ ਪੱਖ ਆ, ਜਿਵੇਂ ਮੀਡੀਆ ਖਾਸ ਕਰਕੇ ਮੀਡੀਆ 'ਚ ਪ੍ਰਚਾਰ ਆਉਂਦਾ ਵਾ ਵੀ ਬਹੁਤ ਵੱਡੇ ਐਲਾਨ ਕਰ ਦੇਣੇ ਨੇ ਅਤੇ ਲੋਕ ਐਲਾਨਾਂ ਤੋਂ ਨਾਰਾਜ਼ ਨਾ ਹੋ ਜਾਣ, ਇਹ ਪੱਖ ਵੀ ਹੈਗੀ ਆ। ਤਾਂ ਮੋਰਚੇ ਦੇ ਵਿੱਚ ਤੀਜਾ ਪੱਖ ਵੀ ਕੀ ਗੱਲਬਾਤ ਹੋਈ ਆ, ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ 3 ਰਾਊਂਡ ਦੀ ਗੱਲਬਾਤ ਹੋਈ, ਪ੍ਰਸ਼ਾਸਨ ਨਾਲ ਤਕਰੀਬਨ 10 ਰਾਊਂਡ ਦੀ ਗੱਲਬਾਤ ਹੋਈ, ਤਾਂ ਉਹ ਕੀ ਸੀਗਾ। ਤਾਂ ਇਸ ਵੇਲੇ ਮੌਜੂਦਾ ਪ੍ਰਸਥਿਤੀ ਵਿੱਚ ਕਿਸਾਨ ਡਟੇ ਹੋਏ ਆ, ਅੱਗੇ ਦੀ ਕੀ ਰੂਪ ਰੇਖਾ ਹੈਗੀ ਆ। ਤਾਂ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲੋਕਾਂ ਤੱਕ ਪੋਜੀਸ਼ਨ ਜਿਹੜੀ ਸਹੀ ਪਹੁੰਚ ਜਾਵੇ।
तो दूसरा टोटल पंजाब दे उस मीडिया दा जिस मीडिया ने मौके ते रात दी कड़ाके दी ठंड विच जा के किसान मजदूर दी आवाज़ बनिया वा उन्हां दा धन्नवाद। जड़े रहिंदे आ उन्हां नूं भी बेनती करांगे भी तुसीं भी आवाज़ बनो किसानां मजदूरां दी। बेनती आ भी जड़ा गलबात रात चली जो कुछ उत्थे गलबात होई ਉਹ ਕੀ ਸੀਗਾ? ਪਹਿਲੋਂ ਤਾਂ ਜੋ ਜਥੇਬੰਦੀ ਨੇ ਫੈਸਲਾ ਕੀਤਾ ਸੀ ਕੱਲ੍ਹ 1 ਤੋਂ 2 ਵਜੇ ਕਿਸਾਨ ਫਿਰੋਜ਼ਪੁਰ ਵਾਲੀ ਰੈਲੀ ਵਾਲੇ ਪਾਸੇ ਨੂੰ ਵਧੇ ਆ, ਤਾਂ ਉਹ 3-4 ਪਾਸਿਆਂ ਤੋਂ ਸੀਗੇ ਰਾਤੀ ਪੂਰੀ। ਉਹ ਇੱਕ ਤਾਂ ਸਾਡਾ ਹੈਗਾ ਫਾਜ਼ਿਲਕਾ ਜ਼ਿਲ੍ਹਾ, ਉੱਥੋਂ ਦੀ ਜਿੰਨੀ ਤਾਕਤ ਸੀਗੀ ਉਹ ਇੱਧਰ ਨੂੰ ਵਧੀ ਆ। ਉਹ ਜਲਾਲਾਬਾਦ ਸ਼ਹਿਰ ਤੋਂ ਅੱਗੇ ਤੱਕ ਜਾਣ ਦਿੱਤੀ ਗਈ, ਵੱਡੇ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਰੋਕ ਦਿੱਤਾ ਗਿਆ। ਇੱਕ ਵੱਡਾ ਜਥਾ ਸੀਗਾ ਜਿਹੜਾ ਤਰਨ ਤਾਰਨ ਤੋਂ ਜਾਣਾ ਸੀਗਾ ਫਿਰੋਜ਼ਪੁਰ ਨੂੰ। ਇੱਕ ਤੁਹਾਡੇ ਕੋਲ ਬਹੁਤ ਇੱਕ ਹੁੰਦਾ ਵਾ ਹਰੀਕਾ ਪੱਤਨ ਜ਼ਿਆਦਾ, ਹਰੀਕਾ ਪੱਤਨ ਤੋਂ ਆਪਾਂ ਜੀਰੇ ਨੂੰ ਜਾਂਦੇ ਹਾਂ, ਅਤੇ ਜਿਹੜਾ ਕੋਟ ਬੁੱਢੇ ਵਾਲੀ ਸਾਈਡ ਹੁੰਦੀ ਪੋਲੇ ਆ ਉੱਧਰੋਂ ਪਰਲੇ ਪਾਸੇ ਪੱਟੀ ਵਾਲੇ ਏਰੀਏ ਤੋਂ ਵਿੱਚੋਂ ਸੜਕ ਸਿੱਧੀ ਫਿਰੋਜ਼ਪੁਰ ਨੂੰ ਨਿਕਲਦੀ ਆ, ਸ਼ਾਰਟ ਹੁੰਦੀ ਆ ਉਹ ਫਿਰੋਜ਼ਪੁਰ ਵਾਲੀ ਰੋਡ ਨੂੰ ਸਾਡਾ ਜਥਾ ਪਿਆ ਸੀਗਾ। ਅਤੇ ਤੀਜਾ ਜਥਾ ਜੀਰੇ ਤੋਂ ਫਿਰੋਜ਼ਪੁਰ ਨੂੰ ਜਾਂਦਾ, ਜਿਹੜੀ ਸੜਕ ਜਾਂਦੀ ਆ ਉੱਧਰ ਨੂੰ, ਤਾਂ ਉਹਨੂੰ 12 ਕਿਲੋਮੀਟਰ ਪਹਿਲੋਂ ਜਿਹੜਾ ਵਾ ਰੋਕਿਆ ਗਿਆ। ਉਹ ਮੰਡੀ 'ਚੋਂ ਨਿਕਲ ਕੇ ਕੁਛ ਕਿਲੋਮੀਟਰ ਤੱਕ ਸਰਕਾਰ ਨਾਲ ਭਿੜ ਕੇ, ਪਹਿਲੋਂ ਵੀ ਅੱਡ ਅੱਡ ਜਥੇ ਸੀਗੇ ਬਹੁਤ ਵੱਡੇ, ਸਰਕਾਰ ਨੇ ਟਕਰਾਅ ਪੈਦਾ ਕਰਨ ਦਾ ਯਤਨ ਕੀਤਾ ਬਹੁਤ ਸਾਰਾ ਕਿਸਾਨਾਂ 'ਤੇ, ਕੁਛ ਥਾਵਾਂ 'ਤੇ ਲਾਠੀਚਾਰਜ ਹੋਇਆ, ਧੱਕਾ ਮੁੱਕੀ ਹੋਈ, ਟਰੈਕਟਰਾਂ ਦੀਆਂ ਚਾਬੀਆਂ ਕੱਢੀਆਂ, ਐਂ ਹੁੰਦਾ ਹੁੰਦਾ, ਅਤੇ ਗੱਡੀਆਂ ਲਾਈਆਂ ਗਈਆਂ ਸਾਰਾ ਕੁਛ। ਅਤੇ ਜਿੱਥੇ ਅੰਤਿਮ ਪੜਾਅ 'ਚ ਰੋਕਿਆ ਗਿਆ ਕਿਸਾਨਾਂ ਨੂੰ ਉਹ ਨਹਿਰ ਦੇ ਵਿੱਚ ਵੱਡੇ ਟਿੱਪਰ, ਤਾਂ ਫਿਰ ਪ੍ਰਧਾਨ ਮੰਤਰੀ ਦੀ ਰੈਲੀ ਤੱਕ ਹੀ ਇਹ ਪੁਜੀਸ਼ਨ ਹੈ, ਫੋਰਸ ਫੋਰਸ ਜਿਹੜੀ ਇੰਨੀ ਫੋਰਸ ਹੈ ਉੱਥੇ। ਤਾਂ ਇਹ ਸੀਗੀ ਲਗਾਤਾਰ ਆਹ ਪੁਜੀਸ਼ਨ ਸੀਗੀ। ਹੁਣ ਜਿਹੜੀ ਉਹ ਮੰਡੀ ਆ ਜਿਹੜਾ 12 ਕਿਲੋਮੀਟਰ ਪਿੱਛੇ, ਉੱਥੇ ਲਗਾਤਾਰ ਮੋਰਚਾ ਚੱਲ ਰਿਹਾ ਵਾ। ਇੱਧਰ ਜਿਹੜਾ ਤਰਨ ਤਾਰਨ ਵਾਲਾ ਜਥਾ ਫਿਰੋਜ਼ਪੁਰ ਦੇ ਬਾਰਡਰ 'ਤੇ ਆ ਉੱਥੇ ਮੋਰਚਾ ਚੱਲ ਰਿਹਾ ਵਾ, ਜਿਹੜਾ ਜਲਾਲਾਬਾਦ ਤੋਂ ਅੱਗੇ ਜਥਾ ਵਾ ਉੱਥੇ ਮੋਰਚਾ ਚੱਲ ਰਿਹਾ, ਅਤੇ ਕੁਝ ਹੋਰ ਛੋਟਾ ਹਿੱਸਾ ਹੋਰ ਥਾਂ 'ਤੇ ਵੀ ਹੈਗਾ ਵਾ। ਆਹ ਵਰਤਮਾਨ ਪੁਜੀਸ਼ਨ ਆ, ਅਤੇ ਲਗਾਤਾਰ ਬਰਸਾਤ ਹੋ ਰਹੀ ਆ, ਠੰਡ ਬਹੁਤ ਕੜਾਕੇ ਦੀ ਹੈਗੀ ਆ। ਇੱਕ ਹਿੱਸਾ ਬਜ਼ੁਰਗਾਂ ਦਾ ਵਾ ਸਾਡੇ ਨਾਲ, ਪਰ ਸਾਰਿਆਂ ਦੇ ਹੌਸਲੇ ਬੁਲੰਦ ਆ, ਚੜ੍ਹਦੀ ਕਲਾ 'ਚ ਨੇ, ਔਰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਜਿੰਨਾ ਵੀ ਯੋਗਦਾਨ ਪਾਇਆ ਜਾ ਸਕਦਾ, ਜਿੰਨਾ ਵੀ ਅਸੀਂ ਕਰ ਸਕਦੇ ਹਾਂ ਆਪਣੀ ਲੋਕਾਂ ਦੀ ਤਾਕਤ, ਕਿਸਾਨਾਂ ਮਜ਼ਦੂਰਾਂ ਦੀ ਤਾਕਤ ਦੇ ਅਨੁਸਾਰ ਉਹਨਾਂ ਵੱਧ ਤੋਂ ਵੱਧ ਕਰਨ ਦਾ ਯਤਨ ਹੈਗਾ ਵਾ। ਰਾਤ ਜਦੋਂ ਗੱਲਬਾਤ ਚੱਲੀ ਪਹਿਲਾਂ ਪ੍ਰਸ਼ਾਸਨ ਨਾਲ ਚੱਲਦੀ ਰਹੀ ਆ, ਉੱਥੇ DIG ਫਿਰੋਜ਼ਪੁਰ ਰੇਂਜ ਨੇ, ਹੋਰ ਨਾ ਥਾਵਾਂ ਤੋਂ ਵੀ IG ਉੱਥੇ ਪਹੁੰਚੇ ਆ, DC ਨੇ, SSPs ਨੇ, ਤਾਂ ਉਹਨਾਂ ਨਾਲ ਲਗਾਤਾਰ ਜਿਹੜੀ ਗੱਲਬਾਤ ਚੱਲਦੀ ਰਹੀ ਆ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਕੇਂਦਰੀ ਮੰਤਰੀ ਜਿਹੜੇ ਨੇ ਗਜਿੰਦਰ ਸਿੰਘ ਸ਼ੇਖਾਵਤ, ਜਿਨ੍ਹਾਂ ਕੋਲ ਵਾਟਰ ਵਾਲਾ ਮਹਿਕਮਾ ਹੈਗਾ, ਤਾਂ ਉਹਨਾਂ ਨਾਲ, ਉਹ ਪੰਜਾਬ ਦੇ ਪ੍ਰਭਾਰੀ ਵੀ ਹੈਗੇ ਆ ਭਾਜਪਾ ਦੇ, ਉਹ ਸਾਰੀ ਰੈਲੀ ਉਹਨਾਂ ਦੀ ਦੇਖ ਰੇਖ ਵਿੱਚ ਹੋ ਰਹੀ ਆ, ਵੀ ਉਹਨਾਂ ਨਾਲ ਗੱਲ ਕਰ ਲਓ, ਤੁਹਾਨੂੰ ਲੈ ਕੇ ਜਾਂਦੇ ਹਾਂ। ਸਾਡੇ ਪ੍ਰਧਾਨ ਸਾਹਿਬ ਜਿਹੜੇ ਮੌਜੂਦਾ ਸਾਡੀ ਟੀਮ ਅੱਗੇ ਗੱਲਬਾਤ ਕਰ ਰਹੀ ਆ, ਉਹਨਾਂ ਨੇ ਕਿਹਾ ਵੀ ਸਾਡੇ ਵੱਲ ਇਸ ਮੋਰਚੇ ਵਾਲੀ ਜਗ੍ਹਾ ਤੋਂ ਜਾਣਾ ਔਖਾ ਵਾ, ਤਾਂ ਸਾਡੇ ਇੱਥੇ ਆ ਕੇ ਗੱਲ ਕਰ ਲੈਣ। ਤਾਂ ਜਿੱਥੇ ਮੋਰਚਾ ਚੱਲ ਰਿਹਾ ਉਹਦੇ ਨੇੜੇ ਕੋਈ ਕਾਲਜ ਆ ਸਰਕਾਰੀ, ਉੱਥੇ ਗੱਲਬਾਤ ਚੱਲੀ ਆ, 3 ਰਾਊਂਡ ਦੀ ਗੱਲਬਾਤ ਚੱਲੀ ਆ ਉੱਥੇ। ਤਾਂ ਉਹ 3 ਰਾਊਂਡ ਦੇ ਵਿੱਚ ਜਿਹੜੀ ਉੱਥੇ ਵਿਚਾਰ ਚਰਚਾ ਹੋਈ ਆ, ਉਹਦੇ ਵਿੱਚ ਇਹ ਗੱਲਾਂ ਸਾਫ਼ ਹੋਈਆਂ। ਪਹਿਲਾਂ ਪ੍ਰਸ਼ਾਸਨ ਇਹ ਕਹਿੰਦਾ ਰਿਹਾ ਜਿਹੜਾ ਹੁੰਦਾ ਵੀ ਉਹ ਕਹਿੰਦੇ ਬਹੁਤ ਸਾਰੀਆਂ ਗੱਲਾਂ ਅਸੀਂ ਪਹਿਲਾਂ ਮੰਨ ਲਈਆਂ, ਪ੍ਰਧਾਨ ਜੀ ਆਉਂਦੇ ਰਹੇ ਵੀ ਤੁਸੀਂ ਸਾਨੂੰ ਜਿਹੜੀਆਂ ਲਾਗੂ ਕਰਤੀਆਂ ਲਿਖਤੀ ਦੇ ਦਿਓ ਵਟਸਐਪ 'ਤੇ, ਕਹਿਣ ਨੂੰ ਕੁਛ ਹੈਗਾ ਦੱਸ ਦਿਓ ਅਸੀਂ ਮੰਨ ਜਾਂਗੇ, ਸਾਡਾ ਕੋਈ ਅਣਖ ਦਾ ਸਵਾਲ ਤਾਂ ਹੈ ਨਹੀਂ ਗਾ ਵੀ ਹਰ ਹਾਲ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਹੋਣ ਨਹੀਂ ਦੇਣਾ ਹੈਗਾ। ਅਸੀਂ ਤਾਂ, ਸਾਡਾ ਡੈਮੋਕ੍ਰੇਸੀ ਵਿੱਚ ਵਿਸ਼ਵਾਸ ਆ, ਅਸੀਂ ਤਾਂ ਮੰਗਾਂ ਮਨਵਾਉਣ 'ਤੇ ਵਿਸ਼ਵਾਸ ਰੱਖਦੇ, ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵਾ ਵੱਡੀਆਂ ਪੱਧਰ ਦੀਆਂ। ਤਾਂ ਪਹਿਲੀਆਂ ਗੱਲਾਂ ਇਹ ਸੀ ਵੀ 15 ਜਨਵਰੀ ਤੱਕ ਜਿਹੜੀ ਡਿਸਕਸ਼ਨ ਦਾ ਪ੍ਰਪੋਜ਼ਲ 'ਚ ਗੱਲਬਾਤ ਹੋਈ, ਹਜੇ ਉਹਦਾ ਫਾਈਨਲ ਨਹੀਂ ਹੈਗਾ। ਫਾਈਨਲ ਤਾਂ ਅੱਜ ਜਿਹੜਾ ਵਾ ਉਹ 8:30-9 ਵਜੇ ਤੱਕ ਕਲੀਅਰ ਹੋਊਗਾ,
मोर्चा जारी आ, देखते हैं की बनता। तो वो सीगा भी 15 जनवरी तक MSP गरंटी कमीन कानून की कमेटी बना देने, जड़ी वो गलबात दे विच जड़ी उन्हां वल्लों गल आई सी। दूसरा ये सीगा भी जिहड़ा पोल्यूशन एक्ट है उच्चों किसान नूं असीं बाहर कढ़ता वा, थोड़ी ये गल मान लिया, उहदियां कापियां भी देतियां वा सानू, असीं कहा सानू दे दिओ, असीं इत्थे भुख पड़ताल करदे हां। ਉਹ ਰਾਉਂਡ 'ਚ ਇੰਨੀ ਗੱਲਬਾਤ ਹੋਈ। ਇੱਕ ਗੱਲ ਅਸੀਂ ਰੱਖੀ ਸੀ ਵੀ ਤੁਸੀਂ PM ਨਾਲ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਕਰਾਓ। ਸਾਰੀਆਂ ਜਥੇਬੰਦੀਆਂ ਵਾਲੀ ਗੱਲ ਤੋਂ ਕੇਂਦਰੀ ਮੰਤਰੀ ਸ਼ਖਾਵਤ ਜੀ ਚਲੇ ਗਏ। ਅਸੀਂ ਦੂਜੀ ਪ੍ਰਪੋਜ਼ਲ ਇਹ ਵੀ ਦਿੱਤੀ ਵੀ ਜਿਹੜੀਆਂ ਜਥੇਬੰਦੀਆਂ ਰਾਜਨੀਤੀ ਵਿੱਚ ਚਲੀਆਂ ਗਈਆਂ ਵਾ, ਤੁਸੀਂ ਉਹਨਾਂ ਨੂੰ ਭਾਵੇਂ ਨਾ ਸੱਦੋ, ਉਹਨਾਂ ਨੂੰ ਨਾ ਸੱਦੋ, ਨਾ ਕੋਈ ਉਹਨਾਂ ਨਾਲ ਗੱਲਬਾਤ ਕਰੋ, ਅਤੇ ਦੂਜਿਆਂ ਨੂੰ ਸੱਦਾ ਦੇ ਕੇ ਉਹਦੇ 'ਚ ਗੱਲਬਾਤ ਹੋਵੇ, ਗੱਲਬਾਤ ਅੱਗੇ ਚੱਲੇ ਭਾਵੇਂ। ਪਰ ਉਹਦੇ 'ਤੇ ਉਹ ਨਹੀਂ ਮੰਨੇ ਵੀ ਅਸੀਂ ਤਾਂ ਤੁਹਾਡੀ ਜੇ ਗੱਲ ਕਰਾਉਣੀ ਤਾਂ ਤੁਹਾਡੀ ਕਰਾਉਣੀ ਆ। ਚਲੋ ਇਹ ਵੀ ਚੱਲਦੀ ਰਹੀ, ਅਸੀਂ ਸੁਣਦੇ ਰਹੇ। ਫਿਰ ਦੂਜਾ ਰਾਊਂਡ ਚੱਲਿਆ, ਦੂਜੇ ਰਾਊਂਡ 'ਚ ਗੱਲਬਾਤ, ਦੂਜੇ ਰਾਊਂਡ 'ਚ ਵੱਡਾ ਅੜਿੱਕਾ ਜਿਹੜਾ ਸੀਗਾ ਵੀ ਦਿੱਲੀ ਵਾਲੇ ਕੇਸਾਂ ਨੂੰ ਲੈ ਕੇ ਸੀ, ਵੀ ਦਿੱਲੀ ਜਾਂ ਪੂਰੇ ਸੂਬੇ ਵਿੱਚ ਜਿਹੜੇ ਕੇਸ ਪਾਏ ਆ ਉਹ ਵਾਪਸ ਲਏ ਜਾਣ, ਠੀਕ ਆ ਜੀ। ਅਤੇ ਇੱਕ ਲਖੀਮਪੁਰ ਖੀਰੀ ਵਾਲੇ ਮਸਲੇ 'ਤੇ ਅਜੇ ਮਿਸ਼ਰਾ ਨੂੰ ਜਿਹੜਾ ਵਾ ਉਹਦੇ ਤੋਂ ਬਰਖਾਸਤ ਕੀਤਾ ਜਾਏ। ਅਜੇ ਮਿਸ਼ਰੇ ਵਾਲੇ ਗੱਲ 'ਤੇ ਟਿੱਕਾ ਹਾਲੇ ਵੀ ਕਾਇਮ ਹੈ, ਉਹਦੇ 'ਤੇ ਬਹੁਤੀ ਨਹੀਂ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਤੁਹਾਨੂੰ ਇਹ ਸਮਝੌਤਾ ਲਿਖ ਕੇ ਦਿੱਤਾ ਉਹਦੇ ਵਿੱਚ ਲਖੀਮਪੁਰ ਖੀਰੀ ਹੈ ਹੀ ਨਹੀਂ ਗਾ। ਚਲੋ ਉਦੋਂ ਰਹਿ ਗਿਆ ਸੀਗਾ, ਉਹ ਲਖੀਮਪੁਰ ਖੀਰੀ ਵਾਲੀ ਗੱਲ ਉਹਦੇ ਵਿੱਚ ਨਹੀਂ ਸੀ ਆਈ, ਸਰਕਾਰ ਉਦੋਂ ਨਹੀਂ ਸੀ ਮੰਨੀ ਹੈਗੀ। ਤਾਂ ਇਹ ਦੋ ਗੱਲਾਂ। ਫਿਰ ਤੀਜਾ ਰਾਊਂਡ ਹੋਇਆ, ਤੀਜੇ ਰਾਊਂਡ ਦੇ ਵਿੱਚ ਫਿਰ ਇਹ ਗੱਲ ਆਈ ਵੀ 30 ਜਨਵਰੀ ਤੱਕ ਦਿੱਲੀ ਸਮੇਤ ਸਾਰੇ ਕੇਸ ਵਾਪਸ ਲੈ ਲੈਂਦੇ ਹਾਂ। ਤਿੰਨ ਗੱਲਾਂ ਆ ਗਈਆਂ, MSP ਗਰੰਟੀ ਕਾਨੂੰਨ 'ਤੇ 15 ਜਨਵਰੀ ਤੱਕ ਕਮੇਟੀ ਬਣ ਜਾਂਦੀ ਆ, ਇਹ ਤੋਂ ਗਾਹਾਂ ਜਾ ਕੇ ਜਿਹੜਾ ਵਾ ਉਹ ਪੋਲਿਊਸ਼ਨ ਐਕਟ 'ਚੋਂ ਕਿਸਾਨ ਨੂੰ ਅਸੀਂ ਬਾਹਰ ਕੱਢਤਾ ਵਾ, ਜਿਹੜੀ ਉਹ ਧਾਰਾ 14-15 ਚੋਂ ਖੇਤੀ ਖੇਤੀਬਾੜੀ ਜਿਹੜਾ ਜਿਹੜਾ ਸੈਕਟਰ ਆ ਉਹਨੂੰ ਕੱਢਤਾ ਪੋਲਿਊਸ਼ਨ ਐਕਟ 'ਚੋਂ, ਅਤੇ ਇਹ ਤੋਂ ਗਾਹਾਂ ਵੀ ਕੇਸ ਵਾਪਸ ਲੈਣ ਵਾਲੀ ਗੱਲ ਤੁਹਾਡੀ ਪ੍ਰਵਾਨ ਕਰ ਲਈ ਅਤੇ ਅਸੀਂ ਕਰਵਾ ਦਿੰਦੇ ਹਾਂ, ਆਹ ਗੱਲਾਂ। ਅਤੇ ਦੂਜਾ ਸੀਗਾ ਵੀ UP ਹਰਿਆਣੇ ਦੀ ਪੈਟਰਨ 'ਤੇ ਜਾਂ ਪੰਜਾਬ ਪੈਟਰਨ 'ਤੇ ਜਿਹੜਾ UP 'ਚ ਵੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਾਲੀ ਗੱਲ ਤੋਰ ਦਿੰਦੇ ਹਾਂ, ਉਹ ਗੱਲ ਵੀ ਇਹ ਸ਼ੁਰੂਆਤ ਕਰ ਦਿੰਦੇ ਹਾਂ। ਇਹ ਗੱਲਾਂ ਅਤੇ ਨੇੜੇ ਗੱਲਾਂ, ਫਿਰ ਵੀ ਗੱਲਬਾਤ ਚੱਲਦੀ ਰਹੀ। ਫਿਰ ਉਹ ਗੱਲ ਆ ਕੇ ਇੱਥੇ ਵੀ ਉਹਦੀ ਲਿਖਤੀ ਕੋਈ ਚਿੱਠੀ ਦਿੱਤੀ ਜਾਵੇ, ਫਿਰ ਇਹ ਤੋਂ ਗੱਲਬਾਤ ਟੁੱਟ ਗਈ ਫਿਰ, ਅਤੇ ਗੱਲਬਾਤ ਲਗਭਗ ਮੈਨੂੰ ਲੱਗਦਾ ਵੀ 12 ਵਜੇ ਤੋਂ ਬਾਅਦ ਟੁੱਟ ਗਈ ਸੀਗੀ। ਫਿਰ ਪ੍ਰਸ਼ਾਸਨ ਨੇ ਗੱਲਬਾਤ ਚਲਾਈ ਮੌਕੇ 'ਤੇ, ਉਹਨਾਂ ਨੇ ਗੱਲਬਾਤ ਕੀਤੀ ਆ। ਤਾਂ ਜਿਹੜੀ ਉਹਨਾਂ ਵੱਲੋਂ ਪ੍ਰਪੋਜ਼ਲ ਆਉਂਦੀ ਸੀ ਵੀ ਜਿਹੜੀ ਆ CM ਦੀ, ਤੁਹਾਨੂੰ CM ਵੱਲੋਂ ਚਿੱਠੀ ਦੇ ਦਿੰਦੇ ਸੀ ਵੀ CM ਸੈਂਟਰ 'ਚ ਕੀ ਬਣਦਾ, ਉਹਨਾਂ ਦਾ ਅਸੀਂ ਪਤਾ ਕਰ ਲਓ ਵੀ ਪੰਜਾਬ ਸਰਕਾਰ ਅੱਗੇ ਲੱਗ ਕੇ ਕੰਮ ਕਰਾਉਂਦੀ ਹੁੰਦੀ ਆ, ਅਤੇ ਜਿਹੜਾ ਸਾਡਾ ਤੁਹਾਡਾ ਪੰਜਾਬ ਦਾ ਚੀਫ ਸੈਕਟਰੀ ਪੰਜਾਬ ਆ ਉਹ PMO ਦਫ਼ਤਰ ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਲਗਾਤਾਰ ਗੱਲਬਾਤ ਕਰ ਰਿਹਾ, ਅਤੇ ਉਹ ਮਿਡਵੇਟਰ ਬਣ ਕੇ ਤੁਹਾਨੂੰ ਚਿੱਠੀ ਦਊਗਾ। ਅਤੇ ਉਹ ਕੁਛ ਚਿੱਠੀ 'ਚ ਉਨਤਾਈਆਂ ਸੀ, ਰਾਤ ਨੂੰ 2-2:30 ਵਜੇ ਉਹ ਮਿਲੀ ਵੀ ਹੈਗੀ ਆ, ਤੋ ਉਹ ਦੂਰ ਕਰਨ ਦਾ ਸਵਾਲ ਸੀਗਾ। ਤਾਂ ਉਹਨਾਂ ਦਾ ਸੀਗਾ ਵੀ ਸਾਡੀ ਮੰਨ ਕੇ ਅਸੀਂ ਕਿਹਾ ਵੀ ਜੇ ਤੁਸੀਂ ਸਾਰੀਆਂ ਗੱਲਾਂ ਮੰਨਦੇ ਜੇ, ਠੀਕ ਹੈ ਜੀ, ਆਪਣਾ ਉਹ ਲਿਖਤ ਆਉਂਦੀ ਆ ਮੀਟਿੰਗ ਕਰਾਉਣ ਵਾਲੀ, ਠੀਕ ਆ, ਉਹ ਹੁਣ ਫਾਈਨਲ ਹੁੰਦਾ ਕਿ ਨਹੀਂ ਹੁੰਦਾ, ਤੁਸੀਂ 30 ਤੱਕ ਕੇਸ ਵਾਪਸ ਸਾਰੇ ਲੈ ਲੈਂਦੇ ਜੇ, 15 ਤੱਕ ਕਮੇਟੀ ਦਾ ਪੋਲਿਊਸ਼ਨ ਐਕਟ ਵਾਲੀ ਤੁਸੀਂ ਸਾਨੂੰ ਕਾਪੀ ਦਿੱਤੀ ਹੈ, ਇਹਦੀ ਭੁੱਖ ਪੜਤਾਲ ਅਸੀਂ ਕਰ ਲੈਂਦੇ ਹਾਂ। ਇਹ ਗੱਲਾਂ ਹੋਈਆਂ ਸੀਗੀਆਂ, ਇਹ ਗੱਲਾਂ 'ਤੇ ਸਹਿਮਤੀ ਬਣੀ ਸੀਗੀ ਰਾਤ। ਤਾਂ ਉਹਨਾਂ ਨੇ ਰਾਤ ਸਾਨੂੰ ਕਿਹਾ ਸੀਗਾ ਵੀ ਕਿਰਪਾ ਸਾਡਾ ਵੀ ਕੋਈ ਮਨੋਰਥ ਨਹੀਂ ਗਾ, ਜਿਹੜੇ ਰਸਤੇ ਰੋਕੇ ਸੀ ਸਰਕਾਰਾਂ ਵੱਲੋਂ। ਤਾਂ ਅਸੀਂ ਮੰਡੀ ਲੱਗ ਗਏ ਸੀ, ਅਸੀਂ ਫਿਰ ਮੰਡੀ 'ਚ ਉੱਥੇ ਬੈਠੇ ਹੋਏ ਹਾਂ ਵੀ ਠੀਕ ਆ, ਅਸੀਂ ਨਹੀਂ ਰੋਕਦੇ, ਨਾ ਲੋਕਾਂ ਨੂੰ ਤੰਗ ਕਰਨ ਦਾ, ਨਾ ਅਣਖ ਦਾ ਸਵਾਲ ਹੈ ਵੀ ਹਰ ਹਾਲ ਦੇ ਵਿੱਚ ਜਿਹੜੀ ਆ ਉਹ ਅਸੀਂ ਤੁਸੀਂ ਮੰਗਾਂ ਵੀ ਮੰਨ ਲਓ ਅਤੇ ਤਾਂ ਵੀ ਤੁਹਾਡੀ ਰੈਲੀ 'ਚ ਜਾ ਕੇ ਵੜਨਾ ਵਾਂ। ਤੋ ਇਹ 3 ਗੱਲਾਂ ਸੀਗੀਆਂ। ਬਰਸਾਤ ਵੀ ਆ, ਮੌਸਮ ਠੰਡਾ ਵੀ ਹੈਗਾ ਵਾ। ਹੁਣ ਉਹਨਾਂ ਨੇ ਸਮਾਂ ਅਸੀਂ ਦਿੱਤਾ ਉਹਨਾਂ ਨੂੰ ਵੀ 9 ਵਜੇ ਤੱਕ, ਰਾਤ ਜਿਹੜੀ 2:30-3 ਵਜੇ ਫਾਈਨਲ ਹੋ ਗਈ, ਅਸੀਂ ਮੰਡੀ 'ਚ ਹਾਂ ਉੱਥੇ, ਵੀ ਬਾਕੀ ਥਾਵਾਂ 'ਤੇ ਵੀ ਅਸੀਂ ਆਪਦੇ ਜਥੇ ਸਾਈਡ 'ਤੇ ਉੱਥੇ ਮੋਰਚੇ 'ਚ ਹੈਗੇ ਆ, ਜੇ ਤੁਸੀਂ 9 ਵਜੇ ਤੱਕ ਸਾਰੀਆਂ ਚੀਜ਼ਾਂ ਫਾਈਨਲ ਕਰ ਦਿਓ ਤਾਂ ਫਿਰ ਜਿਹੜਾ ਵਾ ਇਹ ਅਸੀਂ ਨਹੀਂ ਜਾਮ ਲਾਵਾਂਗੇ, ਅਤੇ ਅਸੀਂ ਆਪਦੀ ਰੈਲੀ ਕਰਾਂਗੇ, ਆਪਣੇ ਵਿਚਾਰ ਰੱਖਾਂਗੇ, ਜਿਹੜੇ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਉਠਾਲਾਂਗੇ, ਠੀਕ ਆ ਜੀ। ਤਾਂ ਇਹਨਾਂ ਗੱਲਾਂ 'ਤੇ ਸਾਡੀ ਸਹਿਮਤੀ ਉੱਥੇ ਬਣੀ ਹੈਗੀ ਆ ਰਾਤ।
ਤਾਂ ਬਾਕੀ ਗੱਲਾਂ ਹਜੇ ਰਹਿੰਦੀਆਂ ਹੈਗੀਆਂ ਆ। ਅਤੇ ਹੁਣ 9 ਵਜੇ ਤੱਕ ਸਾਰੇ ਪੰਜਾਬ ਦੇ ਕਿਸਾਨਾਂ, ਚਾਹੇ ਅੰਮ੍ਰਿਤਸਰ ਜ਼ਿਲ੍ਹਾ ਹੋਵੇ, ਗੁਰਦਾਸਪੁਰ ਜ਼ਿਲ੍ਹਾ, ਫਿਰੋਜ਼ਪੁਰ ਜ਼ਿਲ੍ਹਾ, ਇਹਦੋਂ ਗਾਹਾਂ ਜਲੰਧਰ, ਕਪੂਰਥਲਾ, ਸਾਡੇ ਹੋਰ ਹਿੱਸੇ ਤਾਂ ਸਰਗਰਮੀ ਆ, ਵੱਡਾ ਹਿੱਸਾ ਤਰਨ ਤਾਰਨ ਦਾ, ਸਾਰੇ ਆਪਣੇ ਪ੍ਰੋਗਰਾਮ ਕੰਟੀਨਿਊਟੀ ਰਹਿਣੇ ਆ, ਕੋਈ ਪ੍ਰੋਗਰਾਮ ਵਾਪਸ ਨਹੀਂ ਲਏ ਗਏ। ਤੋ ਆਪਣੀ ਤਿਆਰੀ ਕਰਨ, ਜੋ ਉਹਨਾਂ ਨੂੰ ਜਥੇਬੰਦੀ ਨੇ ਨਿਰਦੇਸ਼ ਦਿੱਤੇ ਆ, ਉਹ ਨਿਰਦੇਸ਼ਰ 'ਤੇ ਪੂਰੀ ਤਿਆਰੀ ਜ਼ੋਰ ਨਾਲ ਹੋਣੀ ਚਾਹੀਦੀ ਆ। ਬਾਕੀ ਸਾਰਾ ਜਦੋਂ ਫਾਈਨਲ ਹੋ ਜੂਗਾ ਤੁਹਾਨੂੰ ਸਾਰੇ ਮੈਸੇਜ ਆ ਜਾਣਗੇ। ਠੀਕ ਆ, ਜੇ ਸਰਕਾਰ ਗੱਲਬਾਤ ਰਹੀ ਮਸਲੇ ਦਾ ਹੱਲ ਕੱਢੂਗੀ, ਆਪਾਂ ਹੱਲ ਕੱਢਣ ਲਈ ਤਿਆਰ ਹੈਗੇ ਹਾਂ। ਠੀਕ ਆ, ਜੇ ਨਹੀਂ ਕੱਢੂਗੀ, ਸਾਡੇ ਕੋਲ ਰੋਸ ਪ੍ਰਦਰਸ਼ਨ ਕਰਨਾ ਡੈਮੋਕ੍ਰੇਸੀ ਵਿੱਚ ਸਾਡਾ ਹੱਕ ਹੈਗਾ ਵਾ, ਉਹ ਅਸੀਂ ਜਾਰੀ ਰੱਖਾਂਗੇ। ਤੋ ਇਹ ਗੱਲਾਂ ਬਾਤਾਂ ਭਰਾਓ ਉੱਥੇ ਹੋਈਆਂ ਨੇ, ਉਹ ਗੱਲਬਾਤ ਉੱਥੇ ਚੱਲੀ ਹੈਗੀ ਆ। ਤੋ ਦੂਜੀ ਬੇਨਤੀ ਹੈਗੀ ਆ ਵੀ ਜਿਹੜੇ ਇਹ ਵਿਚਾਰ ਆ, ਇਹ ਹਰ ਇੱਕ ਦੇ ਵਿਚਾਰ ਆ, ਹਰੇਕ ਜਥੇਬੰਦੀ ਦਾ ਆਪਦਾ ਪ੍ਰੋਗਰਾਮ ਆ। ਕੁਝ ਸਾਡੇ ਭਰਾਵਾਂ ਨੇ ਅਰਥੀ ਫੂਕ ਮੁਜ਼ਾਹਰੇ ਕੀਤੇ DC ਦਫ਼ਤਰਾਂ ਦੇ, ਅੱਜ ਉਹਨਾਂ ਦੇ ਉੱਥੇ ਧਰਨੇ ਮੁਜ਼ਾਹਰੇ ਵੀ ਹੈਗੀ ਮੋਦੀ ਨੂੰ ਲੈ ਕੇ। ਤਾਂ ਇਹ ਵੀ ਚੰਗਾ ਪੱਖ ਆ, ਬੁਰਾਈ ਨਹੀਂ ਹੈਗੀ ਕਿਸੇ ਵੀ, ਅਸੀਂ ਕਿਸੇ 'ਤੇ ਟੀਕਾ ਟੱਪਣੀ ਨਾ, ਆਪਣਾ ਆਪਣਾ ਤੌਰ ਤਰੀਕਾ, ਸਰਕਾਰ ਪ੍ਰਤੀ ਸਾਡੀ ਮੁੱਦਿਆਂ 'ਤੇ ਸਾਰਿਆਂ ਦੀ ਸਹਿਮਤੀ ਆ। ਐਕਸ਼ਨ ਪ੍ਰੋਗਰਾਮ 'ਚ 19-21 ਦੇ ਫਰਕ ਨਾਲ ਅਸੀਂ ਸਰਕਾਰ ਦੇ ਖਿਲਾਫ਼ ਸਿੱਧਤ ਹੁੰਦੇ ਹਾਂ, ਇਹੀ ਸਾਡੀ ਪ੍ਰਾਪਤੀ ਹੈਗੀ ਆ। ਤੋ ਇਹ ਵੀ ਹੈਗਾ ਵਾ। ਦੂਸਰਾ ਆਪਣਾ ਸਾਨੂੰ ਲੱਗਿਆ ਵੀ ਇਸ ਤਰੀਕੇ ਨਾਲ ਸੰਘਰਸ਼ ਕਰਨਾ ਚਾਹੀਦਾ। ਅਸੀਂ ਨਹੀਂ ਕਹਿੰਦੇ ਅੰਤਮ ਸੱਚ ਸਾਡੇ ਕੋਲ ਹੀ ਆ, ਅੰਤਮ ਸੱਚ ਦੂਜਿਆਂ ਕੋਲ ਆ। ਸਾਨੂੰ ਆਪਣੀ ਜਥੇਬੰਦੀ ਦੀ ਸਮਝ ਬੂਝ ਵਿਚਾਰ ਚਰਚਾ ਤੋਂ ਜੋ ਮੌਕੇ ਮੁਨਾਸਬ ਠੀਕ ਲੱਗਿਆ, ਅਸੀਂ ਉਹ ਪੈਂਤੜਾ ਲਿਆ, ਔਰ ਉਹ ਪੈਂਤੜੇ ਵਿੱਚੋਂ ਆਹ ਕੁਛ ਜੋ ਕੁਝ ਆਇਆ ਉਹ ਤੁਹਾਡੇ ਸਾਹਮਣੇ ਹੈਗਾ ਵਾ। ਅਗਲੀ ਗੱਲ, ਇਹ ਵਿਚਾਰ ਵੀ ਸਤਿਕਾਰਯੋਗ ਆ ਵੀ ਜਿਹੜਾ ਵਾ ਮੋਦੀ ਸਾਹਿਬ ਨੇ ਬਹੁਤ ਕੁਝ ਦੇ ਦੇਣਾ ਪੰਜਾਬ ਵਾਸਤੇ। ਤਾਂ ਕਈ ਵਾਰੀ ਇਹ ਮੀਡੀਆ ਥਰੂ ਲੋਕਾਂ ਦੇ ਵਿੱਚ ਵੱਡੇ ਪੱਧਰ 'ਤੇ ਪ੍ਰਚਾਰਿਆ ਪ੍ਰਸਾਰਿਆ ਜਾਂਦਾ ਵੀ ਇਹਦੇ ਨਾਲ ਲੋਕਾਂ ਦਾ ਵਿਰੋਧ ਠੱਲ ਜਾਵੇ, ਵਿਰੋਧ ਨਾ ਹੋਵੇ। ਤੁਸੀਂ ਦੱਸੋ ਪ੍ਰਧਾਨ ਮੰਤਰੀ ਜੀ ਨੂੰ ਪਿਛਲੇ 7.5 ਸਾਲਾਂ ਦੇ ਵਿੱਚ ਪੰਜਾਬ ਨੂੰ ਕੁਛ ਦੇਣ ਵਾਸਤੇ ਕਿੰਨੇ ਰੋਕਿਆ ਹੈਗਾ? ਅਸੀਂ ਰੋਕਿਆ, ਪੰਜਾਬੀਆਂ ਨੇ ਰੋਕਿਆ, ਕਿਸੇ ਨੇ ਵੀ ਨਹੀਂ ਰੋਕਿਆ ਹੈਗਾ। ਉਹ ਜਦੋਂ ਮਰਜ਼ੀ ਦਿੱਲੀ ਤੋਂ ਜੋ ਮਰਜ਼ੀ ਦੇ ਦੇਣ, ਜੇ ਉਹ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰ ਦੇਣਗੇ, ਅਸੀਂ ਕਹਾਂਗੇ ਵੀ ਬਹੁਤ ਵਧੀਆ ਤੁਹਾਡਾ ਫੈਸਲਾ ਪ੍ਰਧਾਨ ਮੰਤਰੀ ਜੀ। ਉਹ MSP ਗਰੰਟੀ ਦਾ ਕਾਨੂੰਨ ਬਣਾ ਦੇਣ ਪੰਜਾਬ ਸਾਰੇ ਦੇਸ਼ ਵਾਸਤੇ, ਅਸੀਂ ਕਹਾਂਗੇ ਪ੍ਰਧਾਨ ਮੰਤਰੀ ਜੀ ਤੁਹਾਡਾ ਵਧੀਆ ਗੱਲ ਹੈਗੀ ਆ, ਕੋ ਪੰਜਾਬ ਦੇ ਮਸਲੇ ਹੱਲ ਕਰ ਦੇਣ, ਅਸੀਂ ਕਹਾਂਗੇ ਪ੍ਰਧਾਨ ਮੰਤਰੀ ਜੀ ਤੁਹਾਡੇ ਕਦਮ ਚੰਗੇ ਹੈਗੇ ਆ। ਤੋ ਰਾਜ ਨੇਤਾਵਾਂ 'ਤੇ ਕਦੀ ਵਿਸ਼ਵਾਸ ਨਹੀਂ ਕਰਦੇ। ਇੱਕ ਜਿਹੜਾ ਮੀਡੀਆ ਵਿੱਚ ਵੱਡੇ, ਕਿਉਂਕਿ ਸਰਕਾਰਾਂ ਐਡ ਦਿੰਦੀਆਂ ਅੱਜ ਵੀ ਭਰੇ ਵਰ ਕੇ ਆਉਣਗੇ ਵੀ ਉਹ ਆਵਾਜਾਈ ਦਾ ਕੋਰੀਡੋਰ ਦਾ ਉਦਘਾਟਨ ਕਰਨਗੇ, ਠੀਕ ਹੈ ਜੀ। ਤਾਂ ਇਹ 20 ਫੁੱਟ ਉੱਚੀ ਸੜਕ ਆ, 20 ਫੁੱਟ ਉੱਚੀ, ਧਿਆਨ ਨਾਲ, 20 ਫੁੱਟ ਉੱਚੀ। ਤਾਂ ਉੱਥੇ ਸਾਡੇ ਤੁਹਾਡੇ ਵਹੀਕਲ ਨਹੀਂ, ਟਾਟੇ ਬਿਰਲਿਆਂ ਬਾਨੀਆਂ ਡਾਨੀਆਂ ਦੇ ਵਹੀਕਲ ਚੱਲਣੇ ਆ। ਉਹ 12 ਜ਼ਿਲ੍ਹਿਆਂ ਦੇ ਵਿੱਚ 25,000 ਏਕੜ ਤੁਹਾਡੀ ਜ਼ਮੀਨ ਰਿਕਵਾਇਰ ਕਰਨੀ ਆ। ਤਾਂ ਸਾਡੇ ਹਾਕਮ ਕਾਰਪੋਰੇਟ ਦੇ ਵਿਕਾਸ ਨੂੰ ਤੁਹਾਡਾ ਵਿਕਾਸ ਦੱਸਦੇ ਆ। ਮੀਡੀਆ ਨੇ ਉਵੇਂ ਕਰਨਾ ਉਹਨਾਂ 'ਤੇ। ਮੈਂ ਕਿਹਾ ਵੀ ਜਾਂ ਭਾਵੇਂ ਲਾਗੀਆਂ ਲਾਗ ਲੈਣਾ, ਜਾਂਦੀ ਰੰਡੀ ਹੋ ਜੇ ਵੀ ਜੋ ਕਹਿਣਗੇ ਛਾਪ ਦੇਣਗੇ ਉਹ। ਤਾਂ ਉਹਦੇ ਵਿੱਚ ਤੁਹਾਡਾ ਕੁਛ ਨਹੀਂ ਹੈਗਾ ਉਹ ਕੋਰੀਡੋਰ ਦੇ ਵਿੱਚ, ਠੀਕ ਹੈ ਜੀ। ਬਾਕੀ ਪੰਜਾਬ ਦੇ ਪੱਖ 'ਚ ਕੁਝ ਕਰਨਗੇ, ਚੰਗੀ ਗੱਲ ਹੈਗੀ ਹੈ। ਤਾਂ ਉਹ ਪ੍ਰਧਾਨ ਮੰਤਰੀ ਜੀ ਜਿਹੜਾ ਵਾ ਉਹਨਾਂ ਨੂੰ ਪਤਾ ਵੀ ਅਗਲੇ ਸਮੇਂ 'ਚ ਕੋਡ ਆਫ ਕੰਡਕਟ ਲੱਗਣਾ ਵਾ, ਅਤੇ ਉਹ ਆਪਣੀ ਪੰਜਾਬ ਦੀ ਸੱਤਾ ਹਾਸਲ ਕਰਨ ਲਈ, ਦੇਸ਼ ਦੀ ਸੱਤਾ, ਜਿਹੜੇ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਉਹ ਹਾਸਲ ਕਰਨ ਲਈ ਜਿਹੜਾ ਵਾ ਉਹ ਆਪਣੀ ਰੈਲੀ ਕਰ ਰਹੇ ਆ, ਅਤੇ ਅਸੀਂ ਡੈਮੋਕ੍ਰੈਟਿਕ ਤਰੀਕੇ ਨਾਲ, ਪੀਸਫੁਲੀ ਤਰੀਕੇ ਨਾਲ ਉਹਦਾ ਵਿਰੋਧ ਕਰ ਰਹੇ ਹਾਂ। ਔਰ ਸਰਕਾਰ ਵੱਲੋਂ ਸਾਡੇ 'ਤੇ ਜਬਰ ਹੋਇਆ, ਸਰਕਾਰ ਵੱਲੋਂ ਧੱਕਾ ਮੁੱਕੀ ਹੋਈ, ਆਪਣੇ ਵੱਲੋਂ ਨਹੀਂ। ਆਪਾਂ ਅੱਜ ਵੀ ਕਹਿੰਦੇ ਹਾਂ ਜਿੰਨਾ ਪ੍ਰੋਟੈਸਟ ਚੱਲਣਾ, ਸਰਕਾਰ ਲਾਠੀ ਚਾਰਜ ਕਰ ਲਵੇ, ਸਰਕਾਰ ਕੁੱਟ ਕੇ ਗ੍ਰਿਫਤਾਰ ਕਰੇ, ਸਰਕਾਰ ਧੱਕਾ ਕਰੇ, ਸਰਕਾਰ ਦਾ ਜਬਰ ਸਬਰ ਨਾਲ ਸਹਾਂਗੇ, ਇਹ ਸਾਡਾ ਕੰਮ ਹੈਗਾ। ਆਪਣੇ ਵੱਲੋਂ ਕੋਈ ਵੀ ਅਜਿਹੀ ਕਾਰਵਾਈ ਨਹੀਂ ਹੋਊਗੀ ਜਿਹੜੀ ਕੋਈ ਹਿੰਸਾ ਨੂੰ ਵਧਾਵਾ ਦੇਵੇ, ਔਰ ਸਰਕਾਰ ਆਪਣੇ ਵੱਲੋਂ ਕੁਛ ਕਰ ਲਵੇ ਉਹ ਕਹਿ ਨਹੀਂ ਸਕਦੇ ਹੈਗੇ। ਤੋ ਆਪਣਾ ਪੀਸਫੁਲੀ ਡੈਮੋਕ੍ਰੈਟਿਕ ਤਰੀਕੇ ਨਾਲ ਇਹ ਸਾਰਾ ਪ੍ਰੋਸੈਸ ਚੱਲ ਰਿਹਾ, ਤਾਂ ਉਹ ਅਸੀਂ ਕਰ ਰਹੇ ਹੈਗੇ ਹਾਂ। ਤੋ ਇਹ ਜਿਹੜੀ ਮੌਜੂਦਾ ਪ੍ਰਸਥਿਤੀ ਸੀ, ਮੇਰਾ ਮਤਲਬ ਸੀ ਵੀ ਇਹ ਗੱਲਾਂ ਅਸੀਂ ਤੁਹਾਡੇ ਨਾਲ ਸਾਰੀਆਂ ਸਾਫ਼ ਕਰ ਦਈਏ, ਇਹ ਗੱਲਾਂ ਤੁਹਾਡੇ ਨਾਲ ਰੱਖ ਦਈਏ। ਮੀਟਿੰਗ ਦੇ ਵਿੱਚ
ਜਿਹੜੇ ਉਹ ਰਾਣਾ ਸੋਢੀ ਗਏ ਭਾਜਪਾ 'ਚ ਉਹ ਵੀ ਸੀ ਹੈਗੇ, ਜਿਹੜੇ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋਰ ਵੀ ਉਹਨਾਂ ਦੇ ਜਿਹੜੇ ਪੰਜਾਬ ਭਾਜਪਾ ਦੇ ਲੋਕ ਸੀਗੇ, ਵੱਡੀ ਅਫਸਰਸ਼ਾਹੀ ਸੀਗੀ ਉੱਥੇ। ਸੋ ਇਹ ਸਾਰੀਆਂ ਗੱਲਾਂ ਉੱਥੇ ਚੱਲੀਆਂ ਹੈਗੀਆਂ ਨੇ, ਇਹ ਪ੍ਰੋਗਰੈਸ ਹੈਗੀ ਆ ਭਰਾਓ ਸਾਡੀ, ਤਾਂ ਇਹ ਗੱਲਬਾਤ ਹੈ ਮੌਜੂਦਾ ਸਮੇਂ ਦੇ ਵਿੱਚ। ਤੋ ਅਸੀਂ ਕਦੀ ਵੀ ਕਿਸੇ ਚੀਜ਼ ਦੇ ਵਿਰੋਧੀ ਨਹੀਂ ਰਹੇ, ਅਸੀਂ ਆਪਣੀ ਗੱਲ ਨੂੰ ਜੋ ਸਾਡੀ ਸਮਝਦਾਰੀ ਆ ਜੋ ਅਸੀਂ ਪ੍ਰਾਪਤ ਕਰ ਸਕਦੇ ਉਹਨਾਂ ਬਾਰੇ ਦੱਸਿਆ ਹੈਗਾ ਵਾ, ਜਿੰਨੀ ਸਾਡੇ ਕੋਲ ਤਾਕਤ ਆ ਲੋਕਾਂ ਦੀ, ਜਿੰਨੀ ਵੱਡੀ ਲਾਮਬੰਦੀ ਆ ਉਹਦੇ ਨਾਲ ਹੀ ਸਾਰੀਆਂ ਚੀਜ਼ਾਂ ਪ੍ਰਾਪਤ ਹੋਣੀਆਂ ਹੁੰਦੀਆਂ। ਸੋ ਹਾਕਮ ਨਹੀਂ ਚੰਗੇ ਹੁੰਦੇ, ਮੌਜੂਦਾ ਸਮੇਂ 'ਚ ਉਹਨਾਂ ਨੇ ਵੋਟਾਂ ਵਾਲੀ ਫਸਲ ਵੱਢਣੀ ਹੈਗੀ ਆ, ਉਹਨਾਂ ਦੇ ਹੱਥ ਵੱਧੇ ਹੈਗੇ ਆ, ਤਾਂ ਨਹੀਂ ਤਾਂ ਇਸ ਵੇਲੇ ਬਹੁਤ ਕੁਛ ਉਹਨਾਂ ਨੇ ਕਰ ਦੇਣਾ ਸੀਗਾ, ਤੋ ਗਾਹਾਂ ਵੀ ਕੋਈ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੁੰਦਾ। ਤੋ ਇਸ ਕਰਕੇ ਆਹ ਪੁਜੀਸ਼ਨ ਸੀਗੀ, ਇਸ ਵਾਸਤੇ ਸਾਰੇ ਆਪੋ ਆਪਣੀ ਤਿਆਰੀ ਕਰੋ। ਜਿਹੜੇ ਲੋਕ ਲਾਗੇ ਸਾਡੇ ਸਿੰਘਾਂ ਨੂੰ ਉੱਥੇ ਲੰਗਰ ਪਹੁੰਚਾ ਸਕਦੇ ਆ, ਸਾਡੇ ਆਪਦੇ ਪਿੰਡਾਂ 'ਚ ਲੰਗਰ ਲੈ ਕੇ ਜਾਓ। ਹੋਰ ਜਿਹੜੀਆਂ ਕੋਈ ਠੰਡ ਹੈਗੀ ਆ, ਕੋਈ ਬਾਲਣ ਵਗੈਰਾ ਦਾ ਨੇੜੇ ਪ੍ਰਬੰਧ ਹੋ ਸਕਦਾ ਉਹ ਕੀਤਾ ਜਾਵੇ ਜਿੱਥੇ ਜਿੱਥੇ ਧਰਨੇ ਚੱਲ ਰਹੇ ਆ, ਤਾਂ ਜੋ ਬਜ਼ੁਰਗਾਂ ਦੇ ਜੋ ਹਾਲਾਤ ਨੇ ਮੌਜੂਦਾ ਸਮੇਂ ਵਿੱਚ ਉਹ ਸਾਂਭੇ ਜਾ ਸਕਣ। ਤੋ ਇਸ ਕਰਕੇ ਪੰਜਾਬ ਨੇ ਜਿਹੜਾ ਸਾਥ ਦਿੱਤਾ ਸਾਡਾ, ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਸਹਿਯੋਗ ਮਿਲਿਆ ਵਾ ਉਹਦੇ ਲਈ ਅਸੀਂ ਧੰਨਵਾਦੀ ਹਾਂ, ਅਤੇ ਗਾਹਾਂ ਵੀ ਇੱਦਾਂ ਸਹਿਯੋਗ ਦਿੰਦੇ ਰਹੋ। ਇਹ ਲੇਟੈਸਟ ਪੋਜੀਸ਼ਨ ਸੀਗੀ, ਤੋ 9-10 ਵਜੇ ਨਾਲ ਸਾਰੀ ਤਸਵੀਰ ਤੁਹਾਡੇ ਸਾਹਮਣੇ ਫਿਰ ਮੈਂ ਲਾਈਵ ਹੋ ਕੇ ਨਿੱਜੀ ਤੌਰ 'ਤੇ ਰੱਖੂੰਗਾ। ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਨਿਸ਼ 'ਤੇ। ਆਹ ਵੇਖੋ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜੋ ਕਿ ਮੋਦੀ ਦੀ ਰੈਲੀ ਤੇ ਜਾ ਰਹੇ ਸੀ, ਉਹਨਾਂ ਦੇ ਝੰਡੇ ਪਾੜ ਕੇ ਸੱਟੇ, ਜੋ ਕਿ ਵਿਰੋਧ ਕੀਤਾ ਜਾ ਰਿਹਾ ਹੈ। ਉਹ ਸਾਡੇ 700 ਕਿਸਾਨ ਸ਼ਹੀਦ ਹੋਏ ਨੇ ਭੈਣ, ਤੁਸੀਂ ਰੈਲੀਆਂ ਤੇ ਚੱਲੇ ਹੋ, ਸ਼ਰਮ ਕਰ ਲਓ। ਜੋ ਕਿ ਬੀਜੇਪੀ ਦੀ ਰੈਲੀ ਤੇ ਜਾਣ ਵਾਲੇ ਵੀਰਾਂ ਨੂੰ ਰੋਕਿਆ ਇੱਥੇ, ਵਾਪਸ ਚਲੇ ਜਾਓ ਪਿੰਡਾਂ ਨੂੰ ਵਾਪਸ। ਗੋਲੂ ਕਾਡੇ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਡਾ ਤੇ ਉਹਨਾਂ ਦੇ ਸਾਥੀ ਜੋ ਫਿਰੋਜ਼ਪੁਰ ਰੈਲੀ ਹੋ ਰਹੀ ਉਹਦਾ ਵਿਰੋਧ ਕਰਨ ਲਈ ਜਾ ਰਹੇ ਸੀ, ਰਸਤੇ ਵਿੱਚ ਉਹਨਾਂ ਨੂੰ ਬੱਸਾਂ ਮਿਲੀਆਂ। ਸੋ ਬੱਸ ਵਿੱਚ ਜਾ ਰਹੇ ਬੀਜੇਪੀ ਦੀ ਰੈਲੀ ਤੇ ਉਹਨਾਂ ਦਾ ਵਿਰੋਧ ਕੀਤਾ ਗਿਆ, ਉਹਨਾਂ ਨੂੰ ਰੋਕਿਆ ਗਿਆ ਇੱਥੇ। ਸਕੂਲ ਕਾਲਜ ਬੰਦ ਕੀਤੇ ਜਾ ਰਹੇ ਨੇ ਔਰ ਲੋਕਾਂ ਨੂੰ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਲਾਉਣ ਕੱਟੇ ਜਾ ਰਹੇ ਨੇ। ਰੈਲੀਆਂ ਦੇ ਵਿੱਚ ਕਿਉਂ ਨੀ ਰੋਕਿਆ ਜਾ ਰਿਹਾ ਲੋਕਾਂ ਨੂੰ ਆਮ ਤੌਰ? ਦੇਖੋ ਹਰ ਬੰਦਾ ਸਾਰੀ ਏਰੀਆ ਕਰ ਰਿਹਾ ਹੈ, ਕੋਈ ਨੀ ਪੰਜਾਬ ਦੇ ਸਾਰੇ ਕਰ ਰਹੇ ਨੇ।
ਤੇ ਸਖਤੀ ਵੀ ਤਾਂ ਸਰਕਾਰ ਹੀ ਕਰ ਰਹੀ ਹੈ ਸੈਂਟਰ ਸਰਕਾਰ ਦੇ ਆਰਡਰ ਦੇ ਅਕੋਰਡਿੰਗ ਜਦੋਂ ਪੂਰੀ ਪੰਜਾਬ ਸਖਤੀ ਕਰਦੇ ਕਿ ਸਭ ਰੁਕ ਜਾਣ ਗਏ ਆਪਦੇ ਆਪ ਰੁਕ ਨਾਈਟ ਕਰਫਿਊ ਲਾਇਆ ਨਾਈਟ ਨੂੰ ਕੋਈ ਨਹੀਂ ਨਿਕਲਦੇ ਬਾਹਰ ਨਹੀਂ ਕਰੋਨਾ ਕੀ ਰਾਤ ਨੂੰ ਹੀ ਆਉਂਦਾ ਕਿ ਦਿਨੇ ਰੈਲੀਆਂ ਦੇ ਵਿੱਚ ਕਰੋਨਾ ਸਰਕਾਰ ਦੇ ਮੁਤਾਬਕ ਜੋ ਉਹਨਾਂ ਕੀਤਾ ਉਹ ਸਰਕਾਰ ਨੂੰ ਪਤਾ ਹੈ ਮੈਂ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਜਿਸ ਸਰਕਾਰ ਨੇ ਰੋਕਿਆ ਰਾਤ ਦਾ ਨਾਈਟ ਕਰਫਿਊ ਲਾਇਆ ਤਾਂ ਲਾਤਾ ਉਹਦੇ ਨਾਲ ਸਹਿਮਤ ਇਹ ਭਾਰੀ ਰਸ਼ ਜਿਹੜਾ 5-7 ਲੱਖ ਦਾ ਇਕੱਠ ਹੋਣ ਵਾਲਾ ਸੀ ਚਲੋ ਬਾਰਿਸ਼ ਦਾ ਮੌਸਮ ਠੰਡਾ ਹੈ ਪਰ ਠੰਡੇ ਮੌਸਮ ਦੇ ਵਿੱਚ ਬਿਮਾਰੀ ਦਾ ਸ਼ਿਕਾਰ ਜ਼ਿਆਦਾ ਹੋਣਗੇ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਅਜੇ ਤੱਕ ਜਿਹੜਾ ਪੰਜਾਬ ਦੇ ਵਿੱਚ ਕੋਈ ਮਾਮਲੇ ਖਾਸ ਨਹੀਂ ਹੈ ਨਹੀਂ ਸਕੂਲ ਕਾਲਜਾਂ ਨੂੰ ਬੰਦ ਕਰਤਾ ਜਿੰਮਾਂ ਬੰਦ ਕਰਤੀ ਉਹਨਾਂ 'ਚ ਕਰੋਨਾ ਜ਼ਿਆਦਾ ਹੁੰਦਾ ਜੀ ਇਹ ਸਨ ਡਾਕਟਰ ਓਮ ਪ੍ਰਕਾਸ਼ ਜੀ ਜੋ ਬੀਜੇਪੀ ਵੱਲੋਂ ਮਤਲਬ ਆਪਣੀ ਬੀਜੇਪੀ ਵਾਲਿਆਂ ਦਾ ਕਹਿਣਾ ਜੀ ਰੈਲੀਆਂ ਤੇ ਕਰੋਨਾ ਨਹੀਂ ਆਉਂਦਾ ਕਰੋਨਾ ਸਿਰਫ ਸਕੂਲਾਂ ਕਾਲਜਾਂ ਤੇ ਪੜ੍ਹਾਈ ਜਿੱਥੇ ਹੁੰਦੀ ਹੈ ਉੱਥੇ ਹੀ ਆਉਂਦਾ ਆਹ ਵੇਖ ਲਓ ਇਹਨਾਂ ਦੇ ਹਾਲ ਫੜੋ ਇਹਨੂੰ ਮਗਰੂ ਤੂੰ ਮਰੋ ਜਾ ਸਾਲਿਆ ਚਰਮ ਕਰ ਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਮੋਦੀ ਦੀ ਕਾਤਲ ਸਰਕਾਰ ਮੁੰਡਾਬਾਦ 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 ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ ਕੀ ਕਰਨਗੇ ਜੇਲਾਂ ਠਾਣੇ ਲੋਕਾਂ ਦੇ ਹੜ ਵੱਧਦੇ ਜਾਣੇ ਆ ਵੇਖੋ ਬੀਜੇਪੀ ਦੇ ਝੰਡਿਆਂ ਦਾ ਕਿਸਾਨਾਂ ਦੁਆਰਾ ਬੁਰਾ ਹਾਲ ਕੀਤਾ ਜਾ ਰਿਹਾ ਹੈ ਜੋ ਕਿ ਕਹਿੰਦੇ ਫਾੜ ਕੀ ਰਹਿਣਾ ਜਿਹੜਾ ਕੁਝ ਮਰਜ਼ੀ ਹੋ ਜਾਵੇ 750 ਕਿਸਾਨਾਂ ਨੂੰ ਸ਼ਹੀਦ ਕਰਵਾਇਆ ਦਿੱਲੀ ਦੇ ਬਾਰਡਰਾਂ ਤੇ ਬਹੁਤ ਗੁੱਸਾ ਕਿਸਾਨਾਂ ਚ ਵੇਖਣ ਨੂੰ ਮਿਲ ਰਿਹਾ ਜੋ ਕਿ ਬੀਜੇਪੀ ਦੇ ਸਮਰਥਕ ਜੋ ਕਿ ਇਹਨਾਂ ਬੱਸਾਂ ਜਾ ਰਹੇ ਸੀ ਉਹਨਾਂ ਦਾ ਕਹਿਣਾ ਕਿ ਰੈਲੀਆਂ ਤੇ ਕਰੋਨਾ ਨਹੀਂ ਆਉਂਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਵ ਨੂੰ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੀ ਮੈਂ ਬੇਨਤੀ ਕਰਦਾ ਬੋਲੂ ਕਾ ਬਲਾਕ ਗੁਰੂਵਰ ਸਾਹਿਬ ਦੇ ਆਸ ਪਾਸ ਦੇ ਸਾਰੇ ਲੋਕਾਂ ਨੂੰ ਵੀ ਅੱਜ ਆਪਦੀ ਨਾ ਘਰੇ ਨਾ ਬੈਠੇ ਰਹੋ ਕਿਉਂਕਿ ਉਹ ਜਿਹੜੇ 750 ਸ਼ਹੀਦ ਹੋਏ ਨੇ ਉਹ ਤੁਹਾਡੇ ਖਾਤਰ ਤੁਹਾਡੇ ਹੱਕਾਂ ਦੀ ਖਾਤਰ ਲੜਦੇ ਲੜਦੇ ਸ਼ਹੀਦ ਹੋਏ ਨੇ ਸੋ ਤੁਹਾਡਾ ਵੀ ਫਰਜ਼ ਬਣਦਾ ਜਿੱਥੇ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਉਹ ਜ਼ਾਲਮ ਮੋਦੀ ਆ ਰਿਹਾ ਸੋ ਸਾਡਾ ਵੀ ਫਰਜ਼ ਬਣਦਾ ਵੀ ਇਹ ਜਿਹੜਾ ਜ਼ਾਲਮ ਦੇ 750 ਕਿਸਾਨਾਂ ਦੇ ਜਿਹੜਾ ਦੋਸ਼ੀ ਦੇ ਕਾਤਲ ਦੇ ਅਸੀਂ ਇਸ ਪਵਿੱਤਰ ਧਰਤੀ ਤੇ ਅਸੀਂ ਪੈਰ ਨਾ ਪੈਣ ਦੀਏ ਔਰ ਇਹਦਾ ਜਿਹੜਾ ਡੱਟ ਕੇ ਵਿਰੋਧ ਕਰੀਏ ਕਿਉਂਕਿ ਚੰਗੇ ਸੰਕੇਤ ਨਹੀਂ ਬੀਜੇਪੀ ਪੰਜਾਬ ਦੇ ਜਗਰਾਤ ਦੇ ਪਿਆਰ ਪਸਾਰਦੀ ਹੈ ਪੰਜਾਬੀਆਂ ਦੇ ਲਈ ਚੰਗੇ ਸੰਕੇਤ ਨਹੀਂ ਹੈ 1.5 ਸਾਲ ਦਾ ਸੰਘਰਸ਼ ਕਰਕੇ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ 750 ਜਾਨਾਂ ਗਵਾ ਕੇ ਬਹੁਤ ਔਖੇ ਅਸੀਂ ਜਿਹੜੇ ਕਾਨੂੰਨ ਰੱਦ ਕਰਾਏ ਨੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ 'ਚ ਬੀਜੇਪੀ ਆਪਦੇ ਪੈਰ ਪਸਾਰਦੀ ਹੈ ਸੋ ਪੰਜਾਬ ਦੇ ਹਾਲਾਤ ਜਿਹੜੇ ਉਹ ਚੰਗੇ ਨਹੀਂ ਹੋਣਗੇ ਸੋ ਮੈਂ ਸਾਰੇ ਕਿਰਤੀ ਲੋਕਾਂ ਨੂੰ ਮਜ਼ਦੂਰਾਂ ਕਿਸਾਨਾਂ ਨੂੰ ਆਮ ਵਰਗ ਦੇ ਲੋਕਾਂ ਨੂੰ ਬੇਨਤੀ ਕਰਨਾ ਆਓ ਘਰੋਂ ਬਾਹਰ ਨਿਕਲੋ ਔਰ ਇਹ ਮੋਦੀ ਸਰਕਾਰ ਦਾ ਜਿਹੜਾ ਡੱਟ ਕੇ ਤੁਸੀਂ ਵਿਰੋਧ ਕਰੋ ਸੋ ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਰੋੜਾ ਤੇ ਆਓ ਜਿਹੜੇ ਪਿੰਡਾਂ ਵਿੱਚੋਂ ਗੱਡੀਆਂ ਬੀਜੇਪੀ ਦੀ ਲੰਘ ਰਹੀਆਂ ਉਹਨਾਂ ਨੂੰ ਵੀ ਰੋਕੋ ਜੋ ਕਿ ਬਹੁਤ ਘੱਟ ਗਿਣਤੀ ਵਿੱਚ ਲੋਕ ਪਹੁੰਚਣ ਉੱਥੇ ਰੈਲੀ ਤੇ ਮਰੇ ਜ਼ਮੀਰ ਵਾਲੇ ਉਹ ਕੀ ਕਰਨਗੇ ਮਰੀਆਂ ਜ਼ਮੀਰ ਵਾਲੇ ਬਹਿ ਜਾਣ ਘਰੇ ਰਜਾਈ ਪਾ ਕੇ ਗਿੱਲੀ ਕਿਸਾਨ ਵੇਖ ਡਟੇ ਫਿਰਦੇ ਨੇ ਸੜਕਾਂ ਤੇ ਜਾਗਦੀਆਂ ਜ਼ਮੀਰਾਂ ਵਾਲੇ ਜਲਦੀ ਤੋਂ ਜਲਦੀ ਰੋਡਾਂ ਤੇ ਪਹੁੰਚਣ ਹਾਂਜੀ ਪ੍ਰਵੀਨ ਜੀ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਜੀ ਅਸੀਂ ਮੋਦੀ ਸਰਕਾਰ ਦਾ ਪੂਰਾ ਪੂਰਨ ਬਾਈਕਾਟ ਹੈ ਅਸੀਂ ਕੋਈ ਵਹੀਕਲ ਨਹੀਂ ਲੰਘਣ ਦਿਆਂਗੇ ਜੋ ਲੋਕ ਚੱਲੇ ਨੇ ਮਰੀਆਂ ਜ਼ਮੀਰਾਂ ਵਾਲੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਵੀ ਜਾਗੋ ਸਮਾਂ ਹੈ 700-800 ਸ਼ਹੀਦ ਆਪਣਾ ਕਿਸਾਨ ਹੋਇਆ ਉਹ ਆਪਣੇ ਪਰਿਵਾਰਾਂ ਦਾ ਹੋਇਆ ਹੈ ਕੋਈ ਮੋਦੀ ਦਾ ਪਰ ਨਹੀਂ ਹੋਇਆ ਇਸ ਚੀਜ਼ ਇਹ ਕਰਕੇ ਅਸੀਂ ਪੂਰਾ ਖੰਡਨ ਕਰਦੇ ਹਾਂ ਮੋਦੀ ਗੋਬ ਹੈ ਮੋਦੀ ਗੋਬ ਹੈ ਸਿਆਸਤ ਕਰਨ ਵਾਲੇ
बीजेपी दी रैली ते जान वाले वीरां दा किसानां द्वारा शहीद करा के अज रैलिया ले जा रहे इना हथा न लाछा लिया करोना स्कूला कालजा करोना आ गया रैलिया तुम्हारी करोना नहीं गा वेख लो बीजेपी दिया रैलिया च जा रहे ने मरिया जमीर आले आप जमीर आप जवाका नु मार के वेख लो बीजेपी दे झंडे लाते किसाना ने अज गोलू काटे थे। देखो जी झंडे उतारे जा रहे हैं बीजेपी दे देखो मरिया जमीर आले बीजेपी रैली अब एक बीजेपी दी एक होर बस दूजे पासे किसान एक पासे बीजेपी दिया बसा जो कि फिरोजपुर जा रहे हैं दूजे पास किसान उन्होंने विरोध डट के विरोध कर रहे ने सो आओ वेखते हैं आ वेखो किसान द्वारा बीजेपी के पोस्टर दोबारा फिर फाड़ दिता गया ਸਾਡੇ 700 ਕਿਸਾਨ ਸ਼ਹੀਦ ਕਰਾਤੇ ਭਰਾਵਾ ਕਿੱਧਰ ਤੂੰ ਚੜਿਆ ਫਿਰਨਾ ਇਹਨਾਂ ਦੀ ਰੈਲੀ ਤੇ ਆ ਜਾਓ ਸਾਡੇ ਨਾਲ ਹੀ ਆ ਜਾਓ ਇੱਥੇ ਮਾਰ ਜਕਾਰਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮਾਰ ਮੋਦੀ ਮੁਰਦਾਬਾਦ ਏਦਾਂ ਨਾ ਕਰੋ ਮੋਦੀ ਮੁਰਦਾਬਾਦ ਆ ਵੇਖ ਲਓ ਬੀਜੇਪੀ ਦੇ ਸਮਰਥਕ ਜੋ ਕਿ ਮੋਦੀ ਮੁਰਦਾਬਾਦ ਦੇ ਨਾਰੇ ਲਾਉਂਦੇ ਹੋਏ ਕਿਸਾਨ ਏਕਤਾ ਜਿੰਦਾਬਾਦ खड़ी बई साढ़े 700 किसान शहीद होया आपके हाथों ना चक लें आप किधर यार केड़े कमी लगे बने यार तुसी भी किसान दस किसान मजदूर एकता जिंदाबाद वेख लो वीर पटका के जो कि बीजेपी की रैली चल जाया जा रहा है वीर कहते भी थोड़े नाल जाग दिया जमीर आले जल्दी जल्दी गोलू काटे ते पहुंचो देखो भारी गिनती च किसानां दा कट्ठ हाँ यही किसे करके पाए गए भी जी इन्होंने थां थां फोर्स लाई हुई है इन ज्यादा इन्ना ज़्यादा सानू परेशान किया जा रहा वा साढ़े हूँ भी इन्होंने एक ना एक जे रोकया हो हरीके रोकया हो एक जथा एक जड़ा वा इतने पढ़ाने रोकया हो जो हूँ इतने साढ़े को पहुँचा वा इस करके असं अपनी रणनीति हिसाब ना
मतलब सवेरे असं आ ही नहीं सकते तो इस करके असं आए हैं कि असी टिकाने कितने पहुँच जाइए तो जोड़ा वा विरोध जो प्रदर्शन है वह किया जाए क्योंकि प्रधानमंत्री जी जिहड़ियां किसानां दीआं मंगां मंडियां छे उन्हां वो लागू करके नहीं आ रहे। एम एस पी का 23 फसलों की खरीद की गरंटी का कानून बनाउण दी गल आ, कानून बनाउण तो मुकरे होए आ, अपना नाल उहदी कमेटी बनाउण दी गल की, कमेटी मन्ने सी कमेटी बनावांगे, वो कमेटी नहीं बना रहे। इस तरीके नाल जिहड़े अपने केस आ किसानां दे सिर ते पाए होए दिल्ली यूपी हरियाणे की पुलिस ने वो रद्द नहीं किए, एक केस भी रद्द नहीं किया। चलो 20 दिनां च एक केस रद्द हो जांदा, असीं कहिंदे वी एक तां रद्द हो गया। इस तरीके जिहड़े अपने 750 किसान साडा शहीद हो गया उन्होंने एक अफसोस का लफ्ज एक लफ्ज जिहड़ा प्रगट नहीं किया प्रधानमंत्री वालों या केंद्र की सरकार वालों कि यह माड़ी गल हुई आ 750 किसान के जोड़े आ वो सिवे बड़े पंजाब दे विच उन्हां दे बच्चां नाल अज की बीत रही, उन्होंने घर की बीत रही आ, ये जानते बेचारे जिन्होंने ना कोई मुआवजा ना कोई नौकरी ना कोई शहीद मनिया ना कोई गल्लां बात ते वो भी जिहड़ा प्रधानमंत्री जी जिहड़ी गल मन के सहमति पत्र दे के वो तो पिछे हटे हुए आ। इस तरीके हवा प्रदूषण एक्ट रद्द नहीं किया, 14-15 धारा जी जो किसानों कढ़िया नहीं गया अजे तक, तो बिजली सोध बिल 2020 भी रद्द नहीं किया। लखीमपुर खीरी कांड के अजय मिश्रा जी जिहड़े अज भी मंत्रीमंडल केंद्रीय मंत्रीमंडल गृह राज मंत्री बन के बैठे हुए आ उन्होंने अज उन्होंने बर्खास्त नहीं किया तो ना उन्होंने गिरफ्तार किया जदों के उन्होंने 120 का परचा जी चार्जशीट दाखिल हो गई आ अपनी अदालत दे विच सिट ने जी सिट ने यूपी पुलिस की सिट ने जी चार्जशीट पेश करती है अदालत दे विच कि उन्होंने गिरफ़्तार क्यों नहीं किया गया, उन्होंने बर्खास्त नहीं किया गया, कोई मंग नहीं मनी गई। इस करके असं कह रहे हैं कि प्रधानमंत्री का आने का इतने कोई नैतिक हक नहीं गा, उन्होंने रैली अपनी जी रद्द करनी चाहिए आ, इतने आने का कोई मतलब नहीं क्योंकि जो साड़ियां मंगा नहीं मननियां किसान विरोधी जे मजदूर विरोधी फैसले करने हैं रोज़ जिहड़े आ कारपोरेटां दे हक च फैसले करने आ, साडे जनतक दारे सारे वेचते गए आ, साडे जिहड़े आ जिहड़ी आ अपने हैगे आ जिहड़े कोड जिहड़े उह बदले जा रहे आ, जिहड़ा किसान जिहड़े अपने हैगे सीगे जिहड़े कामे आ जिहड़े अपने मला कामे आ मजदूर आ उन्हां दा जिहड़ा वा उहदे विच वी उन्हां ने जिहड़ी अपनी तरतीम करती गई आ। इस तरीके दे नाल जिहड़ा 15 अरब रुपये का व्यापार सीगा, 15 अरब रुपये का व्यापार, 15 लाख करोड़ का व्यापार खेती का, वह भी कारपोरेटा देने की तैयारी करी बैठे ही, जिहड़े 3 खेती कानून उन्होंने किसानों के दबाव थले रद्द करने पे आ, तो कारपोरेटा देने वास्ते सारा कुछ तैयार बैठे आ। इस करके असं उन्हों का विरोध कर रहे हैं। दसा जा रहा कि पिछले पुलिस वालों रोकने की कोशिश की गई है, जोड़े बैरीगेड तुम टप के अगे वे हो, किस तरह की स्थिति सी पिछले? पिछे काफ़ी गंभीर स्थिति सी, पढ़ाने के पुलिस ने सानू रोकया वा, उत्थे जिहड़ा वा साडे बंदियां दीआं पग्गां लाईआं, हल्का लाठीचार्ज किया, गड्डियां रोकियां, गाड़ी कैंटर लाए मिट्टी वाले गाड़ी जिहड़ा वा उन्होंने परेशान किया वा, उन्होंने चाबियां खोलियां गड्डियां दीआं, यह सारा काम उत्थे पुलिस ने किया जिहदी असीं पंजाब सरकार की सख्त निखेधी करदे उन्होंने प्रशासन की। लगता है कि पंजाब पुलिस भी हरियाणे वाली पुलिस की तरह व्यवहार कर रही है? बिल्कुल उस तरह कर रही है जी, बिल्कुल उस तरह हरियाणे की पुलिस वांगू ही व्यवहार कर रहे हैं, उस तरह का उन्होंने व्यवहार आ, जिहड़ा लोक राज का घाण कर रहे हैं, किसानों की आवाज है दबा रहे। साढ़े किसान इतने कट्ठे हो आ रहे हैं पिछों जिते आ रहे हैं, जो जिते आ जाते फिर सारे ना सलाह मशुरा करके इन्हों भी प्रशासन भी आया वा इन्हों भी गलबात करा फिर की रणनीति बनती फिर बाद तुम दस दें। मेरा नाम राणा रणबीर सिंह, किसान मजदूर संघर्ष कमेटी का सूबा कोर कमेटी मैंबर। राणा जी, पुलिस का व्यवहार किवें दा रहा, पिछों दस्सा जा रहा कि किसानां ते लाठीचार्ज भी जिहड़ा किया गया? पुलिस का जिहड़ा व्यवहार है बहुत माड़ा, अत निंदण योग है, जिन्ना भी इहनूं निंद लईए उन्ना थोड़ा है। इस तरह कितने भी नहीं होया अज तक, बड़े सालों तो असीं धरने का लाउंदे आए आ, मुजाहरे भी करते रहे आ, रोस प्रदर्शन भी करते रहे आ, पर जिहड़ा अज इन्हां ने जिहड़ा इत्थों दा जिहड़ा गुरविंदर सिंह संघा कोई आ एस पी एस एस ए तो जिहड़ा उहने दुर्व्यवहार किया सारे किसानां नाल भी मजदूरां नाल भी, इत्थों तक कि इहो जिहे लफ्ज़ वरते, गंदियां गालां कढ़ियां जिहड़ियां असीं मीडिया 'च दस नहीं सकदे गे, बड़ा उहनां नूं असीं कहा भी इहो जिही भाषा नहीं वरतनी चाहीदी। ठीक है, तुसीं साडा विरोध करना, असीं मोदी दा विरोध कर रहे हाँ, वह साडा मौलिक अधिकार आ, तुसीं सानूं रोकना वो तुहाडी ड्यूटी है, वो तुहाडा मौलिक अधिकार, तुसीं रोको। पर ये जिहड़ी शब्दावली आ ये बहुत माड़ी आ, ये ना वरतो। साडे उत्थे जिन्ने भी किसान सी वह बहुत इहदी शब्दावली तो गर्म होए, वो तंग भी बहुत होए, इत्थों तक कि उत्थे नौबत भी आ रही सी भी हो सकता उत्थे हथों पाई हो जाती, जां कोई उत्थे किसी तरह का नुकसान हुंदा। बड़ा असीं आपदे जिहड़े किसानां नूं आपदे नौजवानां नूं बहुत असीं ठरंबे नाल पिछे करके उन्हां नूं बिठाया कि आपां जे इक अफसर पागल है
ਤੇ ਪਰ ਆਪਾਂ ਇਹ ਆਪਾਂ ਕੰਮ ਨਹੀਂ ਕਰਨਾ, ਆਪਾਂ ਗਲਤ ਕੰਮ ਨਹੀਂ ਕਰਨਾ। ਆਪਣਾ ਵਿਰੋਧ ਜਿਹੜਾ ਸ਼ਾਂਤਮਈ ਤਰੀਕੇ ਨਾਲ ਆਪਾਂ ਮੋਦੀ ਦਾ ਵਿਰੋਧ ਕਰਦੇ ਹਾਂ, ਉਹ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ। ਪਰ ਉਹ ਜਿਹੜੀ ਆ ਘਟਨਾ ਬਹੁਤ ਨਿੰਦਣਯੋਗ ਆ, ਅਤੇ ਇਹੋ ਜਿਹੀਆਂ ਮੈਂ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹੋ ਜਿਹੇ ਜਿਹੜੇ ਆ ਅਫਸਰ ਇਹਨਾਂ ਨੂੰ ਨੱਥ ਪਾਈ ਜਾਵੇ, ਨਹੀਂ ਤਾਂ ਫਿਰ ਇਹ ਮਾਹੌਲ ਜਿਹੜਾ ਇਹ ਜਾਣ ਬੁੱਝ ਕੇ ਖਰਾਬ ਕਰ ਰਹੇ ਆ। ਐਲਾਨ ਕੀਤਾ ਗਿਆ ਸੀ ਕਿ 5 ਤਰੀਕ ਨੂੰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਵਿਰੋਧ ਆ ਉਹ ਕੀਤਾ ਜਾਵੇਗਾ, ਤੁਸੀਂ ਫਿਰ ਅੱਜ? ਹਾਂ ਨਹੀਂ, ਵਿਰੋਧ 5 ਤਰੀਕ ਨੂੰ ਕਰਨਾ, ਵਿਰੋਧ ਕੱਲ੍ਹ ਨੂੰ ਹੀ ਹੋਏਗਾ। ਅੱਜ ਸਿਰਫ ਉਹਦੀ ਤਿਆਰੀ ਆ, ਕਿਉਂਕਿ ਸਫ਼ਰ ਜਿਹੜਾ ਸੀਗਾ ਉਹ ਲੰਬਾ ਸੀਗਾ, ਸਵੇਰੇ ਆਉਣਾ, ਇੱਕ ਮੌਸਮ ਖਰਾਬ ਆ, ਮੌਸਮ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ, ਫਿਰ ਸਫ਼ਰ ਨੂੰ ਮੱਦੇਨਜ਼ਰ ਰੱਖਦਿਆਂ ਜਿਹੜਾ ਇਹ ਅੱਜ ਹੀ ਇਹਦਾ ਪ੍ਰੋਗਰਾਮ ਬਣਾਇਆ ਕਿ ਅੱਜ ਉੱਥੇ ਲਾਗੇ ਜਿਹੜਾ ਅਸੀਂ ਪਹੁੰਚੀਏ ਤਾਂ ਕਿ ਜਿਹੜਾ ਕੱਲ੍ਹ ਨੂੰ ਟਾਈਮ ਨਾਲ ਜਿਹੜਾ ਉਹਨਾਂ ਦਾ ਜਿਹੜਾ ਵਿਰੋਧ ਕਰ ਸਕੀਏ। ਹਾਂ ਅਜੇ ਅਸੀਂ ਸਾਡਾ ਜਥੇ ਇੱਕ ਦੋ ਪਿੱਛੇ ਰਹਿ ਗਏ, ਉਹ ਅਜੇ ਤਰਨ ਤਾਰਨ ਤੋਂ ਕਾਫਲਾ ਤੁਰਿਆ, ਉਹ ਅਜੇ ਆ ਨਹੀਂ ਰਿਹਾ। ਉੱਥੇ ਵੀ ਉਹਨਾਂ ਨੂੰ ਪੁਲਿਸ ਨੇ ਡੱਕਿਆ, ਉਹਨਾਂ ਨੂੰ ਵੀ ਅਸੀਂ ਕਿਹਾ ਵੀ ਜੇ ਪੁਲਿਸ ਨੇ ਉਹਨਾਂ ਨੂੰ ਉੱਥੇ ਡੱਕਣਾ, ਜੇ ਉਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ, ਫਿਰ ਅਸੀਂ ਇੱਥੋਂ ਫਿਰ ਆਪਦਾ ਕੋਈ ਐਕਸ਼ਨ ਲਵਾਂਗੇ। ਜੇ ਉੱਥੋਂ ਪੁਲਿਸ ਔਰ ਸਾਡੇ ਜਥੇ ਨੂੰ ਇੱਥੇ ਸਾਡੇ ਕੋਲ ਪਹੁੰਚਣ ਦਿੰਦੀ ਆ, ਫਿਰ ਉਸ ਤਰੀਕੇ ਨਾਲ ਅਸੀਂ ਡਿਸੀਜਨ ਲਵਾਂਗੇ। ਉਹਨਾਂ ਚਿਰ ਅਸੀਂ ਇੱਥੇ ਉਹ ਰੁਕੇ ਹਾਂ ਜਿੰਨਾ ਚਿਰ ਸਾਡਾ ਜਿਹੜਾ ਦੂਜੇ ਜਥੇ ਆ ਉਹ ਸਾਡੇ ਕੋਲ ਪਹੁੰਚ ਨਹੀਂ ਜਾਂਦੇ, ਕਿਉਂਕਿ ਸਾਰੇ ਹੀ ਆਪਣਾ ਫਿਰੋਜ਼ਪੁਰ ਜ਼ਿਲ੍ਹਾ, ਮੋਗਾ ਜ਼ਿਲ੍ਹਾ ਵੀ ਪਹੁੰਚ ਗਿਆ, ਔਰ ਜਿਹੜਾ ਫਿਰੋਜ਼ਪੁਰ ਦਾ ਜਿਹੜਾ ਆਪਣਾ ਉੱਪਰਲੀ ਬੈਲਟ ਆ ਗੁਰੂ ਹਰ ਸਾਹਿਬ ਮਮਦੋੜ ਚੌਕ ਜਿਹੜੇ ਆ ਉਹ ਵੀ ਤਿਆਰ ਬੈਠੇ ਆ, ਉਹ ਵੀ ਸਿਰਫ ਉਸੇ ਚੀਜ਼ ਦੀ ਵੇਟ ਕਰ ਰਹੇ ਆ ਕਿ ਸਾਡਾ ਜਿਹੜਾ ਤਰਨ ਤਾਰਨ ਦਾ ਜਥਾ ਆ ਜਾਵੇ, ਅਤੇ ਉਦੋਂ ਬਾਅਦ ਜਿਹੜਾ ਫਿਰ ਅਸੀਂ ਜਿਹੜਾ ਜਿੱਥੇ ਇਹਨਾਂ ਦੀ ਰੈਲੀ ਹੋਣੀ ਆ ਉਸ ਰੈਲੀ ਦੇ ਲਾਗੇ ਜਾਵਾਂਗੇ, ਉੱਥੇ ਫਿਰ ਜਿਹੜਾ ਐਕਸ਼ਨ ਕਰਨਾ ਉਹਦੀ ਅਸੀਂ ਤਿਆਰੀ ਕਰਾਂਗੇ ਜਾ ਕੇ। ਮੇਰਾ ਨਾਮ ਇੰਦਰਜੀਤ ਸਿੰਘ ਬਾੜ, ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅਸੀਂ ਭੰਡਾਣੇ ਤੋਂ ਆਏ ਹਾਂ, ਭੰਡਾਣੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸਾਨੂੰ, ਉੱਥੇ ਪੰਜਾਬ ਪੁਲਿਸ ਖੜ੍ਹੀ ਸੀ, ਐਸ ਪੀ ਆਪਣਾ ਜੀ ਐਸ ਸੰਘਾ ਸੀ, ਉਹਨੇ ਬਹੁਤ ਜਾਣੀ ਕਿ ਪੁਲਿਸ ਦਾ ਜਿਹੜਾ ਹੁੰਦਾ ਕਰ ਗਿਆ ਆਪਦਾ ਰੋਕੋ, ਜੇ ਰੋਕਾਂ ਲਾਉਣੀਆਂ ਜੋ ਵੀ ਕਰਨਾ, ਪਰ ਉਹ ਅਪ ਸ਼ਬਦ 'ਤੇ ਬਹੁਤ ਭੜਕਾਊ ਭਾਸ਼ਣ ਦਿੰਦਾ ਸੀ ਵੀ ਇਹਨਾਂ ਨੂੰ ਫੜ ਲਓ, ਇਹਨਾਂ ਇੱਥੋਂ ਤੱਕ ਮੈਂ ਦੱਸ ਨਹੀਂ ਸਕਦਾ ਜਿਹੋ ਜਿਹੀਆਂ ਉਹ ਗਾਲਾਂ ਕੱਢ ਰਿਹਾ ਸੀ। ਅਸੀਂ ਉੱਥੇ ਵਿਰਕ ਸਾਹਿਬ ਵੀ ਉਹਨਾਂ ਨੂੰ ਆਖਿਆ ਵੀ ਇਹਨਾਂ ਨੂੰ ਸਮਝਾਓ, ਅਸੀਂ ਸ਼ਾਂਤਮਈ ਧਰਨਾ ਦੇਣਾ, ਇਹ ਸ਼ਾਂਤਮਈ ਸਾਡੇ ਅਗਲੇ ਪਾਸੇ ਆਗੂ ਖੜ੍ਹੇ, ਅਸੀਂ ਉਹਨਾਂ ਤੱਕ ਪਹੁੰਚਣਾ ਹੈ। ਫਿਰ ਅਸੀਂ ਰੋਕਾਂ ਉੱਥੋਂ ਜਿਹੜੀਆਂ ਲਾਈਆਂ ਨਾ ਤੋੜੀਆਂ, ਪਰ ਉਹ ਤੋੜ ਕੇ ਸਾਨੂੰ ਪੁਲਿਸ ਅੱਗੇ ਲੈ ਗਏ, ਮੁੜ ਕੇ ਆਪੇ ਗੱਡੀਆਂ 'ਚ ਬਹਿ ਗਈ ਆ। ਇੱਥੇ ਕਿ ਮੋਦੀ ਦਾ ਜਿਹੜਾ ਅਸੀਂ ਵਿਰੋਧ ਪ੍ਰਦਰਸ਼ਨ ਆ ਉਹ ਕਰਨਾ, ਉਹ ਸਾਡੇ 700 ਕਿਸਾਨ ਸਾਡਾ ਉੱਥੇ ਦਿੱਲੀ ਦੀਆਂ ਸੜਕਾਂ ਦੀ ਉਹ ਮਰਿਆ ਮੌਤ ਦੇ ਘਾਟ ਉਤਾਰ ਦਿੱਤਾ, ਮੈਂ ਤਾਂ ਕਹੂੰਗਾ ਸ਼ਹੀਦ ਕੀਤਾ ਉੱਥੇ ਸਾਡੇ ਕਿਸਾਨਾਂ ਨੂੰ, ਪਰ ਉੱਥੇ ਉਹਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਵੀ ਇਹ ਕਿਸਾਨ ਸ਼ਹੀਦ ਹੋਇਆ, ਦੇਸ਼ ਦੇ ਵਾਸੀ ਸੀ ਉਹ, ਦੇਸ਼ ਦਾ ਪ੍ਰਧਾਨ ਮੰਤਰੀ, ਉਹਦਾ ਫਰਜ਼ ਬਣਦਾ ਸੀ ਉਹਨਾਂ ਦਾ ਦੁੱਖ ਪ੍ਰਗਟ ਕਰਨਾ। ਫਿਰ ਜਿਹੜੀਆਂ ਮੰਗਾਂ ਸਾਡੀਆਂ 6 ਜਿਹੜੀਆਂ ਉਹਨੇ ਲਿਖਤੀ ਚਿੱਠੀ ਦਿੱਤੀ, ਉਹ ਅਜੇ ਤੱਕ ਉੱਥੇ ਐਲਾਨ ਨਹੀਂ ਕੀਤਾ, ਉਹਦਾ ਕੋਈ ਬੋਲਿਆ ਨਹੀਂ, ਉਹਦਾ ਬੋਲੇ ਵੀ ਉਹਨਾਂ ਲਾਗੂ ਕਰੇ MSP ਦਾ ਕਾਨੂੰਨ ਲਾਗੂ ਕਰੇ, ਜਿਹੜਾ ਆਉਂਦਾ ਇਹ ਹਵਾ ਪ੍ਰਦੂਸ਼ਣ ਵਾਲਾ ਬਿੱਲ ਆ ਇਹ ਕਿਸਾਨਾਂ ਨੂੰ ਬਾਹਰ ਕਰਨ, ਅਜੇ ਤੱਕ ਕੋਈ ਗੱਲਬਾਤ ਨਹੀਂ, ਸਿਰਫ ਲੋਕਾਂ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਅਤੇ ਫਿਰੋਜ਼ਪੁਰ ਆਣ ਕੇ ਰੈਲੀ ਕਰ ਰਿਹਾ। ਇਹ ਰੈਲੀ ਦਾ ਵਿਰੋਧ ਕਰਾਂਗੇ ਜਿੰਨਾ ਚਿਰ ਇਹ ਦੇਸ਼ ਦਾ ਸਾਡਾ ਜਮਹੂਰੀਅਤ ਹੱਕ ਆ, ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਮਿਹਨਤਾਂ ਨੂੰ ਲਤਾੜਿਆ ਜਾ ਰਿਹਾ, ਉਹਨਾਂ ਦੇ ਜਿਹੜੇ ਹੱਕਾਂ ਨੂੰ ਲਤਾੜਿਆ ਜਾ ਰਿਹਾ, ਉਹਨਾਂ ਦੀਆਂ ਹੱਕੀ ਮੰਗਾਂ ਨਹੀਂ ਦੇ ਰਿਹਾ, ਇਸ ਕਰਕੇ ਉਹਦਾ ਇੱਥੇ ਹੱਕ ਨਹੀਂ ਬਣਦਾ ਆਣ ਕੇ ਵੀ ਰੈਲੀਆਂ ਕਰੇ, ਉਹ ਆਣ ਕੇ ਕਾਰਪੋਰੇਟ ਘਰਾਣਿਆਂ ਦੇ ਮਗਰ ਲੱਗ ਕੇ ਸਾਰੇ ਦੇਸ਼ ਨੂੰ ਵੇਚੀ ਜਾ ਰਵੇ ਜਾਵੇ ਦੂਸਰੇ ਬਦਲੇ ਆਣ ਕੇ ਉਹਨਾਂ ਦੀਆਂ ਧਰਤੀ 'ਤੇ ਆਣ ਕੇ ਅਤੇ ਲੋਕਾਂ ਨੂੰ ਗੁੰਮਰਾਹ ਕਰੇ। ਇਸ ਕਰਕੇ ਅਸੀਂ ਉਹਦਾ ਵਿਰੋਧ ਕਰਾਂਗੇ ਜਿੰਨਾ ਚਿਰ ਸਾਡੇ ਜਿਹੜੇ ਹੱਕੀ ਮੰਗਾਂ ਉਹ ਪੂਰੀਆਂ ਨਹੀਂ ਕਰਦਾ, ਉਹਨਾਂ 'ਚ ਨਹੀਂ ਉਹਦਾ ਵਿਰੋਧ ਕਰਾਂਗੇ। ਕਿੰਨੇ ਕਾ ਤੁਹਾਡੇ ਕਿਸਾਨ ਭਰਾਓ ਲਿਓ ਜਿਹੜੇ ਹੈਗੇ ਦੋ ਚਾਰ? ਅੱਜ 5 ਤਰੀਕ ਮੋਦੀ ਨੇ ਫਿਰੋਜ਼ਪੁਰ ਦਾ ਪ੍ਰੋਗਰਾਮ ਕੀਤਾ ਰੈਲੀ ਕਰਨ ਦਾ, ਅਸੀਂ ਭਾਰਤੀ ਕਿਸਾਨ ਏਕਤਾ ਦਿਖਾਉਂਦਾ ਫਿਰੋਜ਼ਪੁਰ ਵੱਲੋਂ
ਇਹ ਪ੍ਰਸ਼ਾਸਨ ਦੇ ਕੋਲ ਮੰਗ ਰੱਖੀ ਵੀ ਅਸੀਂ ਕੁਝ ਸਵਾਲ ਕਰਨੇ ਨੇ ਉਹਨੂੰ, ਕਿਉਂਕਿ ਵੋਟਾਂ ਦਾ ਟਾਈਮ ਹੈ, ਵੋਟਾਂ ਲੈਣ ਵਾਸਤੇ ਆ ਰਹੇ ਨੇ। ਇਸ ਹਲਕੇ ਦੇ ਅਸੀਂ ਵੋਟਰ ਹਾਂ ਅਤੇ ਇਸ ਹਲਕੇ ਦੇ ਵੋਟਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਕਿ ਜਿਹੜਾ ਵੀ ਬੰਦਾ ਵੋਟਾਂ ਲੈਣ ਆਵੇ ਉਹਨੂੰ ਕੁਛ ਅਸੀਂ ਸਵਾਲ ਕਰੀਏ ਕਿ ਸਾਡੇ ਮਸਲੇ ਕਿਵੇਂ ਹੱਲ ਕਰੋਗੇ, ਕਿਹੜੇ ਕਿਹੜੇ ਹੱਲ ਕਰੋਗੇ। ਸਾਨੂੰ ਪਤਾ ਸਾਨੂੰ ਉਹਨੇ ਟਾਈਮ ਨਹੀਂ ਦੇਣਾ, ਸਾਨੂੰ ਉਹਨੇ ਮਿਲਣਾ ਨਹੀਂ, ਸਾਡੇ ਉਹਨੇ ਸਵਾਲਾਂ ਦੇ ਜਵਾਬ ਨਹੀਂ ਦੇਣੇ, ਕਿਉਂਕਿ ਉਹਦੇ ਕੋਲ ਸਾਡੇ ਸਵਾਲਾਂ ਦੇ ਜਵਾਬ ਹੈ ਨਹੀਂ ਗੇ। ਪਰ ਫਿਰ ਵੀ ਅਸੀਂ ਆਪਦਾ ਫਰਜ਼ ਸਮਝਦੇ ਹੋਏ ਉਹਦੀ ਰੈਲੀ 'ਚ ਪਹੁੰਚ ਰਹੇ ਹਾਂ, ਜਾਵਾਂਗੇ ਰੈਲੀ 'ਚ ਉਹਦੀ 'ਚ। ਜੇ ਸਾਡੇ ਸਵਾਲਾਂ ਦੇ ਜਵਾਬ ਨਾ ਦੇਵੇਗਾ, ਜਿੰਨਾ ਵਿਰੋਧ ਹੋ ਸਕਿਆ ਅਸੀਂ ਉਹਦਾ ਫਿਰ ਵਿਰੋਧ ਕਰਾਂਗੇ। ਪਹਿਲਾਂ ਸਾਡਾ ਇਹ ਕਤਈ ਮਤਲਬ ਨਹੀਂ ਹੈਗਾ ਵੀ ਅਸੀਂ ਉਹਨੂੰ ਰੈਲੀ ਕਰਨ ਨਹੀਂ ਦੇਣੀ। ਠੀਕ ਹੈ, ਉਹਨਾਂ ਦਾ ਹੱਕ ਹੈ ਕਰਨ ਰੈਲੀ, ਪਰ ਸਾਡੇ ਜਿਹੜਾ 800 ਕਿਸਾਨ ਸ਼ਹੀਦ ਹੋਇਆ ਹੈ ਉਹਦਾ ਜਵਾਬ ਜ਼ਰੂਰ ਦੇਵੇ ਕਿ ਉਹਦੀ ਵਜ੍ਹਾ ਕੀ, ਕਿਉਂ ਸਾਡੇ ਤੋਂ ਸਾਡਾ 800 ਕਿਸਾਨ ਖੋਇਆ, ਕਿਉਂ ਸਾਡੇ ਤੋਂ ਸਾਡੀਆਂ ਭੈਣਾਂ ਮਾਵਾਂ ਨੌਜਵਾਨ ਖੋਏ ਨੇ। ਤਾਂ ਇਹ ਅਸੀਂ ਜਾ ਰਹੇ ਹਾਂ ਉੱਥੇ। ਇੱਕ ਮੇਰੀ ਬੇਨਤੀ ਉਹਨਾਂ ਸੋਹਣੇ ਵੀਰਾਂ ਨੂੰ, ਸੋਹਣੇ ਸੱਜਣਾਂ ਨੂੰ ਜ਼ਰੂਰ ਹੈ, ਜਦੋਂ ਕੱਲ੍ਹ ਅਸੀਂ ਇਹ ਪੋਸਟ ਪਾਈ ਸੀ ਕਿ ਹਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਦਵਾਓ ਕਿ ਕੋਈ ਵੀ ਜਾਗਦੀ ਜ਼ਮੀਰ ਵਾਲਾ ਜਿਹੜਾ ਇਨਸਾਨ ਹੈ ਉਹ ਰੈਲੀ 'ਚ ਨਾ ਜਾਵੇ। ਕੋਈ ਤੁਹਾਨੂੰ ਲੋਭ ਦੇਣਗੇ, ਲਾਲਚ ਦੇਣਗੇ, ਕੋਈ ਜਿਹੜੇ ਵਿਚਾਰੇ ਤੁਹਾਡੇ ਘੱਟ ਸਮਝ ਵਾਲੇ ਨੇ ਉਹਨਾਂ ਨੂੰ ਕੋਈ ਪੈਗ ਦਾ, ਕੋਈ ਪੋਸਟ ਦਾ, ਕੋਈ ਸ਼ਰਾਬ ਦਾ ਜਿਹੜਾ ਇਹ ਲੋਭ ਲਾਲਚ ਦੇ ਦੇਣਗੇ। ਤਾਂ ਕਿਸੇ ਵੀ ਲੋਭ ਲਾਲਚ ਕਰਕੇ ਰੈਲੀ 'ਤੇ ਨਾ ਜਾਓ। ਅਸੀਂ ਆਵਾਜ਼ਾਂ ਦਵਾਈਆਂ ਸੀ ਕੱਲ੍ਹ ਸਾਰੇ ਸਪੀਕਰਾਂ ਦੇ ਵਿੱਚ ਅਤੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਆਪੋ ਆਪਣੇ ਪਿੰਡ ਸਪੀਕਰਾਂ 'ਚ ਆਵਾਜ਼ਾਂ ਦਵਾਓ। ਜਦੋਂ ਅਸੀਂ ਇਹ ਆਵਾਜ਼ਾਂ ਦਵਾਈਆਂ ਸੀ ਤਾਂ ਸਾਡੇ ਕੋਲ ਸੱਜਣਾਂ ਨੇ ਬੜੇ ਕਮੈਂਟ ਕੀਤੇ ਸੀ, ਉਹ ਜਿਹੜੀ ਧਿਰ ਨਾਲ ਸੰਬੰਧਿਤ ਨੇ ਉਹ ਸਾਨੂੰ ਪਤਾ ਪਰ ਕਹਿਣਾ ਨਹੀਂ। ਬੜੇ ਉਹਨਾਂ ਕਮੈਂਟ ਕੀਤੇ ਸੀ, ਤੁਸੀਂ ਘਰੇ ਬੈਠੇ ਜੇ, ਘਰੇ ਬੈਠੇ ਆਵਾਜ਼ਾਂ ਦਿੱਤੀ ਜਾਂਦੇ ਜੇ, ਬਾਹਰ ਨਿਕਲੋ ਜੇ ਹਿੰਮਤ ਹੈਗੀ ਤਾਂ। ਸਾਡੇ 'ਚ ਹਿੰਮਤ ਹੈਗੀ, ਅਸੀਂ ਬਾਹਰ ਨਿਕਲ ਆਏ ਹਾਂ। ਹੁਣ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਤੁਸੀਂ ਬਾਹਰ ਨਿਕਲੋ, ਆਓ। ਮੀਂਹ ਪੈਂਦਾ ਪਿਆ ਹੈ, ਰੈਲੀ 'ਚ ਪਹੁੰਚਾਂਗੇ, ਡਾਂਗ ਚੱਲੇ, ਸੋਟਾ ਚੱਲੇ, ਗੋਲੀ ਚੱਲੇ, ਜੋ ਮਰਜ਼ੀ ਹੋਵੇ, ਰੈਲੀ 'ਚ ਪਹੁੰਚਾਂਗੇ, ਰੈਲੀ 'ਚ ਪਹੁੰਚ ਕੇ ਵਿਰੋਧ ਕਰਾਂਗੇ। ਸਾਡੇ 'ਚ ਇੰਨੀ ਹਿੰਮਤ ਹੈਗੀ ਜੇ। ਹੁਣ ਪੁੱਤਰਾ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਆਓ ਸਾਡੇ ਨਾਲ ਲੱਗੋ। ਸਾਡੇ ਨਾਲ ਨਹੀਂ ਲੱਗਣਾ, ਸਾਡੇ ਨਾਲ ਤੁਹਾਡਾ ਵੈਰ ਹੋ ਸਕਦਾ ਹੈ, ਸਾਡਾ ਤੁਹਾਡੇ ਨਾਲ ਨਹੀਂ ਵੈਰ, ਤੁਹਾਡਾ ਸਾਡੇ ਨਾਲ ਹੋ ਸਕਦਾ ਹੈ। ਅਤੇ ਆਓ ਪੁੱਤਰ ਵੇ, ਇੱਡੀ ਵੱਡੀ ਤੁਹਾਡੀ ਪਾਰਟੀ ਆਉਂਦੇ ਸਾਡੀ ਬੜੀ ਹੈ, ਆਓ ਇਕੱਠੇ ਹੋ ਕੇ ਆਪਦਾ ਵੱਖਰਾ ਪ੍ਰੋਗਰਾਮ ਕਰੋ, ਆਓ ਕਰੋ ਮੋਦੀ ਦਾ ਵਿਰੋਧ। ਅਸੀਂ ਭਾਰਤੀ ਕਿਸਾਨ ਏਕਤਾ ਦਿਖਾਉਂਦਾ ਵੱਲੋਂ ਇੱਕ ਹਫ਼ਤਾ ਪਹਿਲਾਂ ਤੋਂ ਇਹਦੀ ਤਿਆਰੀ ਕਰ ਚੁੱਕੇ ਹਾਂ, ਪਰ ਤਿਆਰੀ ਅਸੀਂ ਸੋਸ਼ਲ ਮੀਡੀਆ 'ਤੇ ਓਪਨ ਨਹੀਂ ਕੀਤੀ, ਕਿਉਂਕਿ ਸਾਨੂੰ ਲੱਗਦਾ ਇਹਦੇ ਨਾਲ ਕਈ ਖਤਰੇ ਬਣ ਸਕਦੇ ਸੀ। ਤਾਂ ਇਹ ਨਹੀਂ ਕਿ ਅਸੀਂ ਘਰੇ ਬੈਠੇ ਆਵਾਜ਼ਾਂ ਦੇ ਰਹੇ ਸਾਂ ਜਾਂ ਚੁੱਪ ਕਰਕੇ ਬੈਠੇ ਸਾਂ, ਅਸੀਂ ਪਹਿਲੇ ਦਿਨ ਤੋਂ ਤਿਆਰੀਆਂ ਕਰ ਰਹੇ ਹਾਂ, ਆਪਦੇ ਬਲਾਕਾਂ ਪਿੰਡਾਂ 'ਚ ਕਿਸਾਨਾਂ ਨੂੰ ਮੈਸੇਜ ਲਾ ਰਹੇ ਹਾਂ ਉਸੇ ਤਿਆਰੀ ਦੇ ਤਹਿਤ ਹੀ ਅਸੀਂ ਹੁਣ ਜਾ ਰਹੇ ਹਾਂ। ਅਜੇ ਵੀ ਅਸੀਂ ਇਹ ਨਹੀਂ ਕਲੀਅਰ ਕਰ ਸਕਦੇ ਕਿ ਕਿਹੜੀ ਰੋਡ ਕਿਹੜੇ ਪਾਸੇ ਕਿੱਥੇ ਪਹੁੰਚਣਾ, ਪਰ ਰੈਲੀ ਜ਼ਰੂਰ ਪਹੁੰਚਾਂਗੇ। ਤਾਂ ਇਹ ਬੇਨਤੀ ਹੈ ਕਿ ਅਸੀਂ ਚੁੱਪ ਕਰਕੇ ਨਹੀਂ ਸਾ ਬੈਠੇ, ਸਾਡਾ ਪ੍ਰੋਗਰਾਮ ਅੱਜ ਦਾ ਨਹੀਂ ਗਾ, ਸਾਡਾ ਪ੍ਰੋਗਰਾਮ ਹਫ਼ਤਾ ਹੋ ਗਿਆ ਬਣਿਆ ਹੈ, ਪਰ ਅਸੀਂ ਕਿਸੇ ਨੂੰ ਦੱਸ ਨਹੀਂ ਸਕੇ ਸੋਸ਼ਲ ਮੀਡੀਆ 'ਤੇ, ਉਂਝ ਅਸੀਂ ਆਪਦੇ ਕਿ ਕਿਸਾਨ ਤੱਕ ਇਹ ਗੱਲ ਪਹੁੰਚਾਈ ਹੋਈ ਹੈ। ਤਾਂ ਸਾਡੀ ਬੇਨਤੀ ਹੈ ਵੀ ਸਾਡੇ ਵਾਲੇ ਧਿਆਨ ਰੱਖਿਆ ਜੇ, ਨਿਗਾਹ ਰੱਖਿਆ ਜੇ, ਕਦੋਂ ਕਿੱਥੇ ਕੀ ਹੁੰਦਾ ਹੈ ਉਹ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ। ਅਤੇ ਜਦੋਂ ਵੀ ਜਿੱਥੇ ਲੋੜ ਪਵੇ ਜਾਗਦੀ ਜ਼ਮੀਰ ਵਾਲੇ ਕਿਸਾਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਉੱਥੇ ਜ਼ਰੂਰ ਪਹੁੰਚੋ, ਇਹ ਮੋਦੀ ਤੋਂ ਬੜੇ ਹਿਸਾਬ ਲੈਣੇ ਨੇ। ਇਹ ਜਿਹੜਾ ਪੰਜਾਬ ਇੱਕ ਫਿਰੋਜ਼ਪੁਰ ਰਾਣੇ ਸੋਢੀ ਦੇ ਪਿਓ ਦੀ ਜਾਇਦਾਦ ਨਹੀਂ ਗੀ ਕਿ ਜਿੱਦਾਂ ਰਾਣੇ ਸੋਢੀ ਦਾ ਜੀ ਕੀਤਾ ਬੀਜੇਪੀ ਨਾਲ ਰਲ ਗਿਆ ਅਤੇ ਉਹਨੂੰ ਬਾਪੂ ਆਪਦੇ ਨੂੰ ਲੈ ਆਇਆ ਇੱਥੇ ਵੀ ਰੈਲੀ ਕਰਨ ਵਾਸਤੇ। ਇਹ ਪੰਜਾਬ ਸਾਡਾ ਹੈ, ਅਸੀਂ ਖੂਨ ਪਸੀਨੇ ਦੇ ਨਾਲ ਇਹਨੂੰ ਸਿੰਜਿਆ ਹੈ, ਇੱਥੇ ਸਾਡਾ ਪਸੀਨਾ ਵੀ ਵਗਿਆ, ਇੱਥੇ ਸਾਡਾ ਖੂਨ ਵੀ ਵਗਿਆ, ਖੂਨ ਪਸੀਨੇ ਦੇ ਨਾਲ ਅਸੀਂ ਇਹ ਪੰਜਾਬ ਬਣਾਇਆ ਹੈ। ਜਿਹਦਾ ਜੀ ਕਰੇਗਾ ਉਹਨੂੰ ਵੜਨ ਦਿਆਂਗੇ, ਜਿਹਨੂੰ ਜੀ ਕੀਤਾ ਨਹੀਂ ਵੜਨ ਦੇਣਾ। ਤਾਂ ਰਾਣੇ ਸੋਢੀ ਨੂੰ ਵੀ ਦੱਸਣਾ ਹੈ ਕਿ ਪੰਜਾਬ ਤੁਹਾਡੇ ਪਿਓ ਦਾ ਨਹੀਂ, ਕਿ ਪਹਿਲਾਂ ਤੁਸੀਂ ਕੈਪਟਨ ਨੂੰ ਭਜਾਈ ਫਿਰੇ, ਸਾਡੀ ਲੁੱਟ ਕਰਾਈ ਇੰਨੇ ਸਾਲ, ਹੁਣ ਤੈਨੂੰ ਇੱਧਰੋਂ ਬੁਰਕੀ ਪੈ ਗਈ ਹੈ ਅਤੇ ਤੂੰ ਮੋਦੀ ਨੂੰ ਲੈ ਆਇਆ, ਤਾਂ ਮੋਦੀ ਤੋਂ ਲੁੱਟ ਕਰਾਏਂਗੇ ਕੱਲ੍ਹ ਨਹੀਂ ਜੇ ਚੱਲਣੀ। ਤਾਂ ਸਾਡੇ ਵੱਲ ਧਿਆਨ ਰੱਖਿਆ ਜੇ, ਸਮੇਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ, ਜਿੱਥੇ ਪਹੁੰਚਿਆ ਗਿਆ ਉੱਥੇ ਪਹੁੰਚਾਂਗੇ, ਉਦੋਂ ਅੱਗੇ ਜ਼ੋਰ ਅਜਮਾਇਸ਼ ਹੋਵੇਗੀ। ਤੁਹਾਡਾ ਸਾਰਿਆਂ ਦਾ ਧੰਨਵਾਦ, ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਰਿਆਂ ਤੱਕ ਜਿਹੜੇ ਫਿਰੋਜ਼ਪੁਰ ਦੇ ਲਾਗੇ ਲਾਗੇ ਨੇ ਉਹ ਕਿਸਾਨਾਂ ਤੱਕ ਪਹੁੰਚ ਜਾਵੇ, ਤਾਂ ਜਿੱਥੇ ਲੋੜ ਹੈ ਉੱਥੇ ਉਹ ਕਿਸਾਨ ਪਹੁੰਚ ਸਕਣ। ਬਹੁਤ ਬਹੁਤ ਧੰਨਵਾਦ ਜੀ।